ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਗੁਰਬਿਨ ਤੋਰ ਅੰਧਾਰ, ਗੁਰੂ ਬਿਨ ਸੰਖ ਨਾ ਆਵੇ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਭਾਈਏ ਗੁਰਬਿਨ ਗਿਆਨ ਨਾ ਹੋਏ। ਪੁੱਛੋ ਬਰਮੈ ਨਾਰਦੇ, ਵੇਦ ਵਿਆਸੇ ਕੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਵਰਤਖ ਗੁਰੂ ਨਿਸਤਾਰੇ। ਬਾਣੀ ਵੱਲੋਂ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਆਪ ਮੁਕਤ ਮੋਹੇ ਤਾਰੇ ਜੀ, ਐਸੇ ਗੁਰਾਂ ਤੋਂ ਬਾਲ ਬਾਲ ਗਾਰ। ਆਪ ਮੁਕਤ ਮੋਹੇ ਤਾਰੇ ਜੀ, ਐਸੇ ਗੁਰਾਂ ਤੋਂ ਬਾਲ ਬਾਲ ਗਾਰ। ਆਪ ਨੂੰ ਕਤ ਮੋਹੇ ਤਾਰੇ।
ਪਦਨਾਮ ਸ਼ਿਕਾਰ ਨਾਰਾਇਣ ਨਰਪਤ ਨਾਮ ਸ਼ਿਕਾਰ ਐਸੇ ਗੁਰ ਕੋ ਬਲ ਬਲ ਜਾਈਏ ਜੈ ਸਤ ਗੁਰ ਸਿਮਰੰਤ ਨੈਣ ਕੇ ਤਿਮਨ ਮਟੇਖਨ ਜੈ ਸਤ ਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੈ ਸਤ ਗੁਰ ਸਿਮਰੰਤ ਜੀ ਜੀ ਤਪਤ ਮਟਾਵੈ ਜੈ ਸਤ ਗੁਰ ਸਿਮਰੰਤ ਕਰਤ ਸਿਧ ਨਵ ਨਦ ਪਾਵੈ ਸੋਈ ਰਾਮਦਾਸ ਗੁਰ ਕਵਲ ਪਨ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਕਵਨ 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 ਗੁਣ ਕਹੀਐ ਅੰਤ ਨਹੀਂ ਕਿਛ ਪਾਰੈ ਲੱਖ 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 ਕਈ ਕੋਰੈ ਕੋ ਹੈ ਸੋ ਵਿਚਾਰੈ ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹੋ ਨਾਨਕ ਸੰਤ ਨੇ ਵਿਆਹੀ ਹੈ ਜਿਉਂ ਚੱਕ ਗੁੰਗਾ ਮੁਸਕਾਰੈ ਐਸੇ ਗੁਰਾਂ ਤੋਂ ਜੀ ਮੈਂ ਬਲ ਬਲ Thank you.
ਪ੍ਰਾਪਤ ਹੋਊਗੀ ਫੇਰ ਉਸ ਨੂੰ ਅੱਖਰ ਲੱਗਣਗੇ।
ਜੇ ਅਵਸਥਾ ਪ੍ਰਾਪਤ ਨਹੀਂ ਅੱਖਰ ਨਹੀਂ ਬਣਨਗੇ ਕਦੇ ਵੀ। ਬਸ ਆਪਣੇ ਘਰ ਜਦ ਪੁੱਤਰ ਪੈਦਾ ਹੁੰਦਾ ਤਾਂ ਦੱਸੋ ਨਾਮ ਪਹਿਲਾਂ ਰੱਖਿਆ ਹੁੰਦਾ ਕਿ ਪੈਦਾ ਹੋਏ ਤੇ ਰੱਖਦੇ ਹਾਂ। ਜਦ ਬੱਚਾ ਜਨਮ ਲੈਂਦਾ ਫਿਰ ਉਸਦਾ ਨਾਮ ਬਣਦਾ ਨਾਮ। ਇੱਕ ਤਾਂ ਤਰਕਾਲੀ ਅੱਖਰ ਨੇ, ਇੱਕ ਅਵਸਥਾ ਤਰਕਾਲੀ। ਤਰਕਾਲੀ ਕਿਹਨੂੰ ਕਹਿੰਦੇ ਨੇ? ਭੂਤ ਭਵਿਸ਼ ਔਰ ਵਰਤਮਾਨ ਦੇਸ਼ ਕਾਲ ਵਸਤੂ ਉਹਦੇ ਹਸਤਮਲ ਹੋਣ ਯੋਗ ਹੁੰਦਾ ਇਹਨਾਂ ਤਿੰਨਾਂ ਕਾਲਾਂ ਦੇ ਵਿੱਚ। ਇਹਨਾਂ ਨੂੰ ਗੁਣ ਵੀ ਕਹਿੰਦੇ ਨੇ, ਰਜੋ ਤਮੋ ਸਤੋ। ਇਹ ਸਾਰਾ ਇੱਕੋ ਹੀ ਗੱਲ। ਤਰਕਾਲੀ ਉਹ ਹੁੰਦਾ ਜੋ ਪਿੱਛੇ ਹੋ ਚੁੱਕਿਆ, ਉਸਨੂੰ ਸਾਰਾ ਹਸਤਮਲ ਹੈ। ਜੋ ਅੱਗੇ ਨੂੰ ਹੋਵੇਗਾ ਸਾਰੇ ਦਾ ਗਿਆਤ ਹੈ ਉਹ। ਜੋ ਵਰਤਮਾਨ ਸਮੇਂ ਚ ਹੋ ਰਿਹਾ ਜਾਂ ਹੋਇਆ ਉਹ ਸਾਰਾ ਉਸਨੂੰ ਗਿਆਨ। ਸਿੱਖਾਂ ਨੇ ਬੇਨਤੀ ਕਰੀ, ਮਹਾਰਾਜ ਸੰਗਤ ਸੰਗਤ ਦਾ ਸਰੂਪ ਦੱਸੋ ਕੀ ਹੈ, ਤੇ ਅਸੀਂ ਕਿਤੇ ਉਜੜੇ ਤਾਂ ਨਹੀਂ ਪਏ ਹੋਏ? ਜਿਹੜੇ ਸਾਨੂੰ ਤਾਂ ਪਤਾ ਨਹੀਂ ਵੀ ਇਹ ਉਜੜਾ ਏਸੀ ਆਈ ਮੰਨ ਕੇ ਬਹਿ ਗਏ ਵੀ ਇਹੀ ਸੰਗਤ ਹੈ। ਆਪ ਤਾਂ ਤਰਕਾਲੀ ਹੋ। ਗੁਰੂ ਸਾਹਿਬ ਜੀ ਨੇ ਫਿਰ ਫੈਸਲਾ ਕਰਿਆ, ਸਤ ਸੰਗਤ ਕੈਸੀ ਜਾਣੀ ਹੈ, ਕੌਣ ਆ ਸੰਗਤ, ਕਹੀ ਜੀ ਸੰਗਤ ਹੁੰਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਨਾਮ ਔਰ ਨਾਮੀ ਦੀ ਵਿਚਾਰ ਹੁੰਦੀ ਹੈ ਨਾ, ਜਾਂ ਨਾਮ ਜਪਣ ਵਾਲਿਆਂ ਦੀ, ਕਹਿੰਦੇ ਉਹ ਸੰਗਤ ਹੁੰਦੀ ਹੈ। ਆਪਾਂ ਸੰਗਤ ਦੇ ਵਿੱਚ ਬੈਠਿਆ ਹੁਣ, ਆਪਾਂ ਨੇ ਉਰਾ ਪਰਾ ਨੀ ਇੱਥੇ ਕੋਈ ਕਰਨਾ ਹੈ, ਨੀ ਆਪਾਂ ਦਾ ਜੋ ਗੁਰੂ ਦਾ ਹੁਕਮ ਹੈ ਉਸਨੂੰ ਸੁਣ ਕੇ ਉਹਦੇ ਤੇ ਫੁੱਲ ਚੜਾ ਕੇ ਆਪਣੇ ਜਨਮ ਨੂੰ ਸਫਲਾ ਕਰਨਾ। ਆਪਾਂ ਇਹ ਨੀ ਇੱਥੇ ਕੋਈ ਵਿਚਾਰ ਕਰਨੀ, ਆਪਾਂ ਫਲਾਂ ਨੀ ਫਰਮ ਖੋਲ ਲਈ ਉੱਥੇ ਫਿਰ ਆਪਾਂ ਸ਼ੇਰ ਪਾ ਦਿਆਂਗੇ, ਆਪਾਂ ਨੂੰ ਮਾਇਆ ਆ ਜਾਏਗੀ, ਆਪਾਂ ਬੜੇ ਬੰਦੇ ਬਣ ਜਾਵਾਂਗੇ। ਇਹ ਨੀ ਆ ਇੱਥੇ ਗੁਰੂ ਦੀ ਹਜ਼ੂਰੀ। ਗੁਰੂ ਦੀ ਹਜ਼ੂਰੀ ਚ ਤਾਂ ਜੀਵ ਆਤਮਾ ਤੂੰ ਮੇਰੇ ਚੋਂ ਵਿਛੜ ਕੇ ਇਹ ਤਰਜੂਨੀਆਂ ਦੇ ਵਿੱਚ ਠੇਡੇ ਖਾਂਦਾ ਫਿਰਦਾ। ਇਸ ਤੋਂ ਬਚਣ ਵਾਸਤੇ ਤੂੰ ਗੁਰੂ ਵਾਲਾ ਬਣ ਜਾ। ਜਦ ਤੂੰ ਗੁਰੂ ਵਾਲਾ ਬਣ ਜਾਵੇਂਗਾ, ਆ ਜਿਹੜੇ ਤੇਰੇ ਸਫ਼ਰ ਪਿਆ ਹੋਇਆ ਤੈਨੂੰ ਜੂਨੀਆਂ ਚ ਗੇੜੇ ਖਾਣਾ, ਜਿਵੇਂ ਹੜ੍ਹ ਦੀਆਂ ਟਿੰਡਾਂ ਗੇੜੇ ਖਾਂਦੀਆਂ ਸੀ। ਅਭਿਆਸ ਤੋਂ ਹੈ ਨੀ ਟਿੰਡਾਂ, ਅਬ ਵੀਰ ਨੇ ਬੜਬੜੇ, ਜਿਹਨਾਂ ਨੂੰ ਚੱਕਰ ਕਹਿੰਦੇ ਨੇ ਉਹ ਫਿਰਦੇ ਨੇ ਹੁਣ ਵਰਕਸ਼ਾਪਾਂ ਦੇ ਵਿੱਚ, ਦੇਖੇ ਨੇ ਜਾ ਕੇ। ਇੱਧਰ ਜੂਨੀਆਂ ਦੇ ਵਿੱਚ ਜਿਹੜੀਆਂ ਜੂਨੀਆਂ ਨੇ ਤਿੰਨ ਗੁਣ, ਇਹ ਨਿਰਾਕਾਰ ਵਾਹਿਗੁਰੂ ਤੁਰਾ ਰੂਪ ਹੈ ਨਾ, ਉਹਦੇ ਆਲੇ ਦੁਆਲੇ ਘੁੰਮਦੀਆਂ ਨੇ, ਜੇ ਬੈਡ ਦੇ ਆਲੇ ਦੁਆਲੇ ਟਿੰਡਾਂ ਘੁੰਮਦੀਆਂ ਨੇ।
ਜੇ ਬੈੜੇ ਨਾ ਹੋਵੇ ਟਿੰਡਾਂ ਦਾ ਸਵਾਦ ਹੀ ਨੀ ਪੈਂਦਾ ਹੁੰਦਾ ਘੁੰਮਣ ਦਾ। ਇਹ ਪਰਮੇਸ਼ਰ ਦਾ ਅਸੂਲ ਆ, ਵਿਧਾਨ ਆ, ਇਹ ਬਣਾਇਆ ਹੋਇਆ। ਜਦ ਤੂੰ ਗੁਰੂ ਵਾਲਾ ਬਣੇਗਾ, ਗੁਰੂ ਫਿਰ ਤੈਨੂੰ ਕਿਸੇ ਰਸਤੇ ਪਾਵੇਗਾ, ਔਜਰ ਨਹੀਂ ਪਾਵੇਗਾ। ਔਜਰ ਤਾਂ ਪਾਉਂਦੇ ਨੇ ਪਦਾਰਥਵਾਦੀ ਲੋਕ ਨੇ, ਜਿਹੜੇ ਆਪਾਂ ਨੂੰ ਔਜੜ ਪਾ ਕੇ ਆਪਣਾ ਕੰਮ ਕੱਢੀ ਜਾਂਦੇ ਨੇ। ਆਪਾਂ ਸਿੱਧਰੇ ਲੋਕ ਹਾਂ, ਆਪਾਂ ਨੂੰ ਇਤਨਾ ਗਿਆਨ ਹੈ ਨਹੀਂ ਵੀ ਜਿਹੜੀ ਹੀਰਾ ਫੇਰੀ ਹੈ ਤਾਂ ਹੀਰਾ ਫੇਰੀ ਕੋਲੋਂ ਬਚਣਾ ਚਾਹੀਦਾ। ਆਪਣੇ ਅੰਦਰ ਵੀ ਥੋੜ੍ਹੀ ਜਿਹੀ ਹੋਂ ਹੈ, ਇਹਦੇ ਮੈਂ ਫਲਾਨੇ ਗਰੁੱਪ ਦਾ, ਦੱਸੋ ਗਰੁੱਪ ਕਿੱਧਰ ਨੂੰ ਜਾਊਗਾ। ਅੱਜ ਗਰੁੱਪ ਆ, ਕੱਲ੍ਹ ਨੂੰ ਹੈ ਜੀ, ਕੱਲ੍ਹ ਨੂੰ ਕੁਛ ਹੋਰ ਹੋ ਗਿਆ। ਗਈ ਨਾ ਸਾਰੀ ਜ਼ਿੰਦਗੀ ਬਰਬਾਦ। ਨਹੀਂ ਤੂੰ ਗੁਰੂ ਵਾਲਾ ਬਣ ਜਾ, ਰਹਿ ਜਿੱਥੇ ਦਾ ਉੱਥੇ ਹੀ। ਜੇ ਤੈਨੂੰ ਰਾਜ ਭਾਗ ਹੈ, ਰਾਜ ਭਾਗ ਦੇ ਵਿੱਚ ਰਹਿ ਤੂੰ, ਪਰ ਜੋ ਗੁਰੂ ਦਾ ਹੁਕਮ ਹੈ ਨਾ ਉਸਦੇ ਅਨੁਸਾਰ ਜ਼ਿੰਦਗੀ ਟਾਲ। ਜੇ ਤੂੰ ਗੁਰੂ ਨੂੰ ਛੱਡ ਦੇਵੇਗਾ, ਜੇ ਟਾਹਣੀ ਦਰਖਤ ਨਾਲ ਟੁੱਟ ਜਾਵੇ, ਕਿੱਥੇ ਜਾਵੇ ਡਿਗਰੀ ਹੁੰਦੀ ਆ ਉਹ? ਜਿੰਨਾ ਚਿਰ ਦਰਖਤ ਦੇ ਨਾਲ ਲੱਗੀ ਹੋਈ ਹੈ, ਸਮਝੋ ਉਸਦਾ ਨਾਮ ਵੀ ਦਰਖਤ ਹੀ ਹੈ। ਜਦ ਦਰਖਤ ਨਾਲ ਟੁੱਟ ਗਈ, ਬਸ ਪਤਾ ਨੀ ਨੇਰੀ ਨਾਲ ਕਿੱਥੇ ਜਾ ਕੇ ਡਿੱਗੇਗੀ। ਇਸੇ ਤਰ੍ਹਾਂ ਹੀ ਇਹਦਾ ਜੀਵ ਆਤਮਾ, ਇਹ ਨਿਰਾਕਾਰ ਵਾਹਿਗੁਰੂ ਧੁਰੇ ਨਾਲ ਜੁੜਿਆ ਸੀ, ਟੁੱਟ ਗਿਆ ਹੈ ਆਪਣੀ ਗਲਤੀ ਕਰਕੇ। ਇਹ ਜਿਹੜੇ ਤਿੰਨ ਗੁਣ ਨੇ, ਇਹ ਤਬਦੀਲੀ ਫਜ਼ੀਰ ਨੇ, ਗਲਤੀ ਕਰਦੇ ਰਹਿੰਦੇ ਨੇ ਹਮੇਸ਼ਾ। ਇਹ ਜਿਹੜਾ ਚੌਥਾ ਪਾਦਾ, ਉੱਥੇ ਗਲਤੀ ਨਹੀਂ ਹੈ। ਔਰ ਇਸ ਤਰ੍ਹਾਂ ਮੇਰੇ ਨਾਲ ਦੱਸਿਆ ਵੀ ਗੁਰੂ ਵਾਲਾ ਬਣੇ ਪਹਿਲਾਂ, ਗੁਰੂ ਵਾਲਾ ਬਣ ਕੇ ਫਿਰ ਉਹ ਜੋ ਪਰਮੇਸ਼ਰ ਦਾ ਨਾਮ ਹੈ ਵਾਹਿਗੁਰੂ ਦਾ, ਜਿਵੇਂ ਆਪਾਂ ਦੁਨਿਆਵੀ ਪਦਾਰਥਾਂ ਵਾਸਤੇ ਦਿਨ ਰਾਤ ਭੱਜੇ ਫਿਰਦੇ ਹਾਂ, ਕਿਸ ਤਰ੍ਹਾਂ ਦੁਨਿਆਵੀ ਧਨ ਇਕੱਠਾ ਕਰਦੇ ਹਾਂ, ਕਿਸ ਤਰ੍ਹਾਂ ਜਿਹੜੀ ਮਿੱਟੀ ਹੈ ਇਸ ਨੂੰ ਇਕੱਠੀ ਕਰਦੇ ਹਾਂ, ਦਿਨ ਰਾਤ ਮਰਦੇ ਹਾਂ, ਤੇ ਫਿਰ ਉੱਥੇ ਦੋ ਚਾਰ ਕੀਲੇ ਲੈ ਲੈਂਦੇ ਹਾਂ ਮਿੱਟੀ ਦੇ। ਮਿੱਟੀ ਉਹ ਤੈਨੂੰ ਜਿਸ ਵਾਸਤੇ ਪਰਮੇਸ਼ਰ ਨੇ ਮਨੁੱਖਾ ਦੇ ਦਿੱਤੀ ਆ, ਉਹ ਵਸਤੂ ਤਾਂ ਕੋਈ ਹੋਰ ਹੈ, ਉਹ ਵਸਤੂ ਦਾ ਨਾਮ ਹੈ ਜਾਂ ਨਾਮੀ ਹੈ ਉਹਦਾ ਤੈਨੂੰ ਪਤਾ ਕੋਈ ਨਹੀਂ ਹੈ। ਔਰ ਇਸ ਤਰ੍ਹਾਂ ਦੇ ਦੱਸਿਆ ਵੀ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਕੋਈ ਨਾਮ ਵਿਖਾਣੀ ਹੈ, ਨਾਮ ਔਰ ਨਾਮੀ ਦੀ ਜਿੱਥੇ ਵਿਚਾਰ ਹੁੰਦੀ ਆ ਉਸ ਨੂੰ ਸੰਗਤ ਕਹਿੰਦੇ ਨੇ। ਇਸ ਨੂੰ ਗਿਆਨ ਗੋਦੜੀ ਵੀ ਕਹਿੰਦੇ ਨੇ, ਇਹਨੂੰ ਤਾਂ ਕੋਈ ਕੋਈ ਜਾਣਦਾ ਹੈ। ਜਿਵੇਂ ਆਪਾਂ ਪਦਾਰਥ ਗੋਦੜੀ ਕਰਦੇ ਹਾਂ, ਸੰਬੰਧੀ ਗੋਦੜੀ ਕਰਦੇ ਹਾਂ, ਦੁਆੰਦ ਦੀ ਗੋਦੜੀ ਕਰਦੇ ਹਾਂ, ਹੋਰ ਚੌਧਰਾਂ ਚੁਧਰਾਂ ਜੀਆਂ ਦੀ ਗੋਦੜੀ ਕਰਦੇ ਹਾਂ, ਇਕੱਠੇ ਹੋ ਕੇ ਵੀ ਫਲਾਨੇ ਨੂੰ ਚੌਧਰੀ ਬਣਾਉਣਾ, ਫਲਾਨੇ ਨੂੰ ਇਹ ਜਿਹੀਆਂ ਗੱਲਾਂ ਜਿਹੀਆਂ ਕਰਦੇ ਹਾਂ, ਹਾਸੋ ਹੀਣੀਆਂ ਜਿਹੀਆਂ ਹੋਈਆਂ ਜੀ ਬਸ, ਜਿਨ੍ਹਾਂ ਦੀ ਕੌਡੀ ਵੀ ਕੀਮਤ ਨਹੀਂ ਹੈ। ਅੱਗੇ ਜਿੱਥੇ ਜੀਵਾਤਮਾ ਨੇ ਜਾਣਾ ਨਾ, ਜਿੱਥੇ ਇਹਦਾ ਘਰ ਵਾ, ਜਿੱਥੇ ਇਹਨੇ ਰਹਿਣਾ ਹੈ, ਜਿੱਥੋਂ ਇਹ ਵਿਛੜਿਆ ਹੋਇਆ ਦੁਖੀ ਹੁੰਦਾ ਫਿਰਦਾ, ਹਾਏ ਕਿਸੇ ਨੂੰ ਸੁੱਖ ਦੁਨੀਆਂ ਦੇ ਵਿੱਚ। ਅੱਜ ਕੱਲ੍ਹ ਸਭ ਤੋਂ ਵੱਡੇ ਮਿਨਿਸਟਰ ਹੀ ਨੇ ਨਾ, ਦੇਖ ਲਓ ਕਿਵੇਂ ਸੌਂਦੇ ਨੇ ਲੁਕ ਲੁਕ, ਮੈਂ ਕਹਿੰਦਾ ਉਹੀ ਝਾਕੀ ਜਾਂਦੇ ਹੋਣਗੇ ਪਏ,
ਸੌਣਾ ਤਾਂ ਉੱਡ ਗਿਆ ਤੇ ਉਹ ਫਿਰ ਸੁੱਖ ਕਿੱਥੇ ਰਹਿ ਗਿਆ? ਸੁੱਖ ਤਾਂ ਤਦ ਆਵੇਗਾ ਜਦੋਂ ਮਨ ਸ਼ਾਂਤੀ ਚ ਹੋਵੇਗਾ, ਤਦੇ ਇਹਨੂੰ ਨੀਂਦ ਆਵੇਗੀ। ਹਜ਼ਾਰਾਂ ਆਦਮੀ ਮੇਰੇ ਕੋਲ ਆਉਂਦਾ, ਨੀਂਦ ਨੀ ਜੀ ਆਉਂਦੀ, ਮੈਂ ਹੁਣ ਮੈਂ ਕੀ ਕਰਾਂ, ਮੇਰੀ ਨੀਂਦ ਇੱਥੇ ਬੀਜੀ ਹੋਈ ਹੈ। ਹੈਂ, ਤੂੰ ਕਲਪਨਾ ਛੱਡ ਦੇ, ਈਰਖਾ ਵਖੀਲੀ ਛੱਡ ਦੇ ਲੋਕਾਂ ਨਾਲ, ਤਵਰਕਾ ਛੱਡ ਦੇ। ਤੂੰ ਕਹਿੰਦਾ ਮੈਂ ਹੀ ਆਵਾਂ, ਬਾਕੀ ਸਾਰੇ ਹੀ ਮਰ ਜਾਣ, ਇਹਦਾ ਪਰਾ ਲੱਭਦਾ ਆਪੋ ਆਪਣੀ, ਕੌਣ ਮਾਰ ਦੇਗਾ ਕਿਸੇ ਨੂੰ ਨਾਲੇ। ਹਾਂ, ਇਸ ਤਰ੍ਹਾਂ ਨਾਲੇ ਜਿਹੜਾ ਰੂਹ ਆ ਨਾ ਮਨੁੱਖ, ਜਿਹਨੂੰ ਜੀਵ ਆਤਮਾ ਕਹਿੰਦੇ, ਸੋਲ ਵੀ ਕਹਿੰਦੇ ਇਹਨੂੰ, ਆਪੋ ਆਪਣੇ ਮਤਾਂ ਅਨੁਸਾਰ ਨਾਂ ਰੱਖੇ ਹੋਏ ਨੇ। ਨਾਂ ਵੀ ਇਹਦਾ ਤਾਂ ਰੱਖਿਆ, ਇਸ ਨੂੰ ਆਪਾਂ ਨੇ ਦੇਖਣਾ, ਊਟਾ ਇਹਦਾ ਨਾਂ ਹੈ ਨੀ। ਇਹ ਜਿਹੜੀ ਰੂਹ ਹੈ ਇਹਦਾ ਨਾਮ ਨਹੀਂ ਹੈ, ਨਾਮ ਤਾਂ ਇਹਨੂੰ ਪਛਾਣ ਵਾਸਤੇ ਰੱਖਿਆ, ਹੈ ਨੀ। ਔਰ ਇਸ ਤਰ੍ਹਾਂ ਨਾਲ ਮਨੁੱਖਾਂ ਦੇ ਮਿਲੀ ਹੈ, ਗੁਰੂ ਵਾਲੇ ਬਣ ਜਾਓ। ਜਿਹੜਾ ਇਨਸਾਨ ਗੁਰੂ ਵਾਲਾ ਬਣ ਗਿਆ, ਜਿਵੇਂ ਕਿਸੇ ਦੇ ਘਰ ਪੁੱਤਰ ਪੈਦਾ ਹੋ ਗਿਆ, ਚਾਹੇ ਕਿਤਨੇ ਕਲਸ਼ਣਾ ਹੋਵੇ, ਪਰ ਮਾਤਾ ਪਿਤਾ ਦਾ ਫੇਰ ਵੀ ਉਹਦੇ ਤੇ ਪਿਆਰ ਹੁੰਦਾ, ਚਾਹੇ ਡੁੱਡਾ ਹੀ ਹੋਵੇ, ਲੱਤਾਂ ਨਾ ਹੋਣ। ਦੇਖੋ ਕਿਵੇਂ ਮੋਢਿਆਂ ਦਾ ਲਾਈ ਫਿਰਦੀਆਂ ਨੇ ਬੁੜੀਆਂ, ਆ ਪੋਲੀਆ ਜਿਹਾ ਹੋ ਜਾਂਦਾ ਨਾ ਨਿਆਣਿਆਂ ਨੂੰ, ਪੋਲੀਆ ਜਿਹਾ, ਵੀ ਜੇ ਪੋਲੀਆ ਹੋਗਾ ਚਲਾ ਕੇ ਮਾਰ ਨਹਿਰ ਦੇ ਵਿੱਚ, ਕਿਉਂ ਭਾਰ ਚੱਕਿਆ ਉਹਦਾ, ਉਹਦੇ ਵਿੱਚ ਮੋਹ ਆ ਗੁਰੂ ਕੋ ਦੇ ਲਓ। ਅੰਨਿਆਂ ਨੂੰ ਬੜੀ ਛੀ ਮਿਲਦੇ ਨੇ, ਜਿਹਨਾਂ ਨੇ ਨੇਤਰ ਨੀ ਵਿਚਾਰਿਆਂ ਦੇ, ਕੌਣ ਸੁੱਟਦਾ ਧੱਕਾ ਦੇ ਕੇ ਵੀ ਐਵੇਂ ਇਹ ਫੜਨਾ ਪੈਂਦਾ ਇਹਨੂੰ ਨਹਿਰ 'ਚ ਸੁੱਟ ਦੀਏ, ਸੁੱਟਦਾ ਕੋਈ? ਉਹ ਜਦ ਤੂੰ ਗੁਰੂ ਵਾਲਾ ਬਣ ਜਾਵੇਗਾ, ਇੱਦਾਂ ਨਾਲ ਐਵੇਂ ਉਰਾ ਪਰਾ ਜਾਈ ਹੈ। ਤੇ ਜਦ ਤੂੰ ਗੁਰੂ ਵਾਲਾ ਬਣ ਜਾਏਗਾ, ਜਦ ਆਪ ਨੇ ਜਿਹੜੀ ਹੰਗਤਾ ਮਮਤਾ ਆਪਾਂ ਪੋਲੀਆਂ ਵਾਲਾ ਬੱਚਿਆਂ ਨੂੰ ਲੱਤਾਂ ਨਹੀਂ ਕੰਮ ਕਰਦੀਆਂ, ਉਹਨਾਂ ਨੂੰ ਚੱਕੀ ਫਿਰਦੇ ਆ, ਦਸ ਦਸ ਸਾਲ ਦੇ ਨੂੰ ਪੰਦਰਾਂ ਪੰਦਰਾਂ ਸਾਲ ਦੇ ਚੱਕੀ ਫਿਰਦੇ ਨੇ ਮੇਰੇ ਕੋਲ ਲੈ ਕੇ ਆਉਂਦੇ ਨੇ, ਵਿੱਚੇ ਮੁੰਡੇ ਨੇ ਵਿੱਚੇ ਹੀ ਕੁੜੀਆਂ ਨੇ, ਦੱਸੋ ਉਹ ਕਿਉਂ ਚੱਕੀ ਫਿਰਦੇ ਨੇ? ਉਹ ਉਹਨਾਂ ਦੇ ਨਾਲ ਉਹਨਾਂ ਦਾ ਮੋਹ ਹੈ, ਮੋਹ ਜਿਹਨੂੰ ਹੰਗਤਾ ਕਹਿੰਦੇ ਨੇ, ਮਮਤਾ ਕਹਿੰਦੇ ਨੇ, ਮਮਤਾ ਕਹਿੰਦੇ ਮੇਰਾ, ਬਈ ਮੇਰਾ ਹੈ ਤਾਂ ਗੁਆਂਢੀ ਨੂੰ ਕਹਿੰਦੇ ਚੱਕ ਕੇ ਲਿਖਾ ਦੇ, ਕਹਿੰਦੇ ਚੱਕ ਲੂ, ਉਹਦੀ ਇਹੀ ਨੀ, ਉਹਦੀ ਮਮਤਾ ਹੀ ਨੀ ਆ ਉਹਦੇ ਤੇ, ਤੁਹਾਨੂੰ ਠੇਡਾ ਮਾਰੂ ਇਹਦੇ ਰਾਹ ਚ ਪਿਆ ਚ। ਆਹ ਜਦ ਤੂੰ ਗੁਰੂ ਵਾਲਾ ਬਣ ਜਾਏਗਾ, ਗੁਰੂ ਤਾਂ ਬਹੁਤ ਦਿਆਲੂ ਹੈ, ਅਜੇ ਪਿਤਾ ਦਾ ਫੇਰ ਵੀ ਘੁੱਟਦਾ ਕਿਤੇ ਕਿਤੇ। ਆਹ ਇਸ ਤਰ੍ਹਾਂ ਜਿਹੜਾ ਪਰਮੇਸ਼ਰ ਹੈ, ਵਾਹਿਗੁਰੂ ਹੈ, ਉਹ ਤਾਂ ਬਹੁਤ ਦਿਆਲੂ ਹੈ ਗੁਰੂ। ਦੇਖ ਲਓ ਕ੍ਰਿਸ਼ਨ ਭਗਵਾਨ ਦੇ ਤੀਰ ਮਾਰਿਆ ਸੀਗਾ ਉਸਨੇ, ਬਤਕ ਨੇ, ਉਹ ਤਰਕਾਲੀ ਜਾਂ ਸਰਵੱਗ ਹੋਣ ਦੇ ਨਾਤੇ ਜਦ ਉਹ ਗਿਆ ਕੋਲ ਵੀ ਚੱਕੀਏ ਹੁਣ ਸ਼ਿਕਾਰ ਨੂੰ, ਉਹ ਕ੍ਰਿਸ਼ਨ ਭਗਵਾਨ ਪਿਆ ਧਰਤੀ ਤਾਂ ਲਿਟੇ, ਉਹ ਮਾਫ਼ੀ ਮੰਗਣ ਲੱਗਿਆ, ਚੱਕ ਕੇ ਉਸਨੂੰ ਛਾਤੀ ਨਾਲ ਲਾ ਲਿਆ, ਕਹਿਣ ਲੱਗਿਆ ਤੇਰਾ ਕਸੂਰ ਨੇ ਔਗਣ ਕੀਤੇ ਹਰ ਨਾਂ ਚਿਤਾਰੇ। ਪਰਮੇਸ਼ਰ ਦੇ ਵਿੱਚ ਜਿਹਦਾ ਬਣ ਜਾਵੇ ਨਾ, ਨਾਲੇ ਉਹ ਤਾਂ ਬਣਿਆ ਵੀ ਨਹੀਂ ਤੇ ਹੋਇਆ, ਪਰਮੇਸ਼ਰ ਇਤਨਾ ਦਿਆਲੂ ਆ ਗੁਰੂ, ਫੜੋ ਪ੍ਰੇਮ ਦੇ ਨਾਲ ਤਿੰਨ ਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਜਿੱਥੇ ਤਾਈਂ ਵੀ ਬੈਠੀਆਂ ਨੇ, ਜਿਹੜੀਆਂ ਉੱਥੇ ਲੋਟ ਬੱਦੀ ਬੈਠੀਆਂ ਨੇ ਨਾ ਜੇ ਵੀ ਕਰੋਟੇ ਜੇ ਲਈ, ਉਹ ਵੀ ਬੋਲਿਓ ਸਾਰੀ, ਫੜੋ ਪ੍ਰੇਮ। Thank you.
ਉਹਦੇ ਵਿੱਚ ਇਤਨੀ ਹੀ ਸਰਵਗਤਾ ਗੁਰਮੁਖ। ਆਪਾਂ ਨੂੰ ਤਾਂ ਇਤਨਾ ਗਿਆਨ ਨਹੀਂ ਨਾ, ਆਪਾਂ ਤਾਂ ਕਹਿੰਦੇ ਹਾਂ ਫਲਾਨਾ ਆਦਮੀ ਮਾੜੇ ਕੰਮ ਕਰਦਾ, ਪਰਮੇਸ਼ਰ ਦੇ ਵਿੱਚ ਹੈ ਨੀ ਆਦਮਪਣ, ਉਹਦਾ ਸਾਰਿਆਂ ਦੇ ਵਿੱਚ ਆਪਣਾ ਸਰੂਪ ਦੇਖਦਾ। ਤਵੇ ਜਿਹੜਾ ਜੀਵ ਬਣਾ ਇਸਦਾ, ਉਹ ਜਾਣਦਾ ਵੀ ਇਹਦਾ ਸੁਭਾਵ ਹੈ ਜੀਵ ਹੋਣ ਕਰਕੇ ਇਹ ਗਲਤੀਆਂ ਹੀ ਕਰੇਗਾ, ਬਸ ਮੇਰਾ ਸੁਭਾਵ ਹੈ ਗਲਤੀ ਨੂੰ ਨਾ ਚਿਤਾਰਨਾ। ਸੁਭਾਵ ਹੁੰਦਾ ਆਪੋ ਆਪਣਾ, ਸਾਰਿਆਂ ਹੀ ਵਸਤੂਆਂ ਦਾ ਸੁਭਾਵ ਹੈ ਜਿਵੇਂ ਆਪਣਾ ਸੁਭਾਵ ਹੈ, ਕਿਸੇ ਦਾ ਕਿਹਾ ਜਾ ਕਿਸੇ ਦਾ ਕਿਹਾ ਜਾ, ਇਵੇਂ ਜਿਵੇਂ ਪਰਮੇਸ਼ਰ ਦਾ ਸੁਭਾਵ ਹੈ। ਲਿਖਿਆ ਨਾ ਸੰਤ ਸਮੂਹ ਅਨੇਕ ਮਤੀ ਕੇ, ਹੈ ਤਾਂ ਸਾਰੇ ਸੰਤ ਹੀ ਪਰ ਉਹਨਾਂ ਦਾ ਜਿਹੜਾ ਵਿਹਾਰ ਹੈ ਉਹ ਨਹੀਂ ਰਲਦਾ ਹੈ। ਬਸ ਦੇਖ ਲਓ ਕੋਈ ਇੰਨੇ ਸ਼ਾਂਤ ਚਿੱਤ ਨੇ, ਕੋਈ ਲਵੇ ਆਵੇ ਤਾਂ ਫਿਰ ਉਹ ਵੱਧ ਘੱਟ ਬੋਲਦੇ ਨੇ। ਜਿਵੇਂ ਆ ਤੁਹਾਡੇ ਕੋਲ ਜਗੇੜੇ ਤੇ ਤੋਤਾ ਫਰੀ ਹੋਇਆ ਇੱਕ ਸੰਤ ਰਹਿਣਾ ਦੀ ਨਗਨ ਦੇਖ ਲਓ, ਤੇ ਜਦ ਉਹਦੇ ਕੋਲ ਆਉਂਦੇ ਸੀ ਕੋਈ ਕਦੇ ਤੱਕ ਚੁੱਪ ਕਰਕੇ ਵੀ ਬੈਠਾ ਰਹਿੰਦਾ ਸੀ, ਕਦੇ ਭਜਾ ਦਿੰਦਾ ਸੀਗਾ, ਕਹਿੰਦਾ ਮੂਰਖ ਇੱਥੇ ਕੀ ਕਰਨਾ ਆ ਤੁਸੀਂ, ਭਜੋ ਇੱਥੋਂ, ਵੱਧ ਘੱਟ ਵੀ ਕਹਿ ਦਿੰਦਾ ਸੀਗਾ। ਆਪਾਂ ਸੰਗਤ ਚ ਤਾਂ ਕਾਹਨੂੰ ਕਹਿਣਾ, ਉਦੋਂ ਤੁਸੀਂ ਸੁਣਦੇ ਹੀ ਰਹੇ ਉਹਦੇ ਕੋਲ ਜੋ ਕੁਛ ਕਹਿੰਦਾ ਸੀ। ਉੱਥੇ ਲਵੇ ਦੇ ਪ੍ਰੇਮੀ ਦੱਸ ਦਿੰਦੇ ਜੀ ਵੀ ਇਸ ਤਰ੍ਹਾਂ ਇਹ ਇਸ ਤਰ੍ਹਾਂ ਦੇ ਰਹਿੰਦਾ, ਲੈਲਾ ਪਰਮੇਸ਼ਰ ਦਾ ਸੁਭਾਵ ਹੈ। ਹੁਣ ਪਤਾ ਇਹ ਜੀਵ ਦਾ ਸੁਭਾਵ ਹੈ, ਇਹ ਗਲਤੀ ਵੀ ਕਰੇਗਾ। ਜਿਵੇਂ ਛੋਟੇ ਨਿਆਣੇ ਦਾ ਸੁਭਾਵ ਹੈ, ਉਹਨੂੰ ਛੱਡ ਦੋ ਅੰਬ ਚ ਨੂੰ ਜਾਵੇਗਾ, ਹੱਥ ਬਾਦੂ ਜਾ ਕੇ, ਉਹ ਜਿਹੜੀ ਮਾਤਾ ਕੋਲ ਬੈਠੀ ਹੈ ਉਹਨੂੰ ਪਤਾ ਵੀ ਅੱਗ ਦਾ ਸੁਭਾਵ ਫੂਕ ਦੂ ਇਹਨੂੰ, ਉਹ ਚੱਕਦੀ ਹੈ ਭੱਜ ਕੇ। ਜਿਵੇਂ ਜਿਵੇਂ ਪਰਮੇਸ਼ਰ ਹੈ ਔਗੁਣ ਕਰਦਾ ਗਲਤੀਆਂ, ਪਰਮੇਸ਼ਰ ਫੇਰ ਵੀ ਨਹੀਂ ਇਹਨੂੰ ਕਹਿੰਦਾ, ਉਹਦੇ ਅੰਦਰ ਹੈ ਹੀ ਨਹੀਂ ਇਹ ਗੱਲ। ਪੜ੍ਹੋ ਫਿਰਿਆਂ ਦੇ ਨਾਲ ਦੱਸਿਆ ਆਹ
ਬੱਚੇ ਖੇਲਣ ਲੱਗ ਗਏ, ਰੋਜ ਹੀ ਖੇਲਦਾ ਸੀ, ਜਦ ਨੀ ਚੱਕਿਆ, ਜਦ ਨਾ ਚੱਕਿਆ ਉਸਨੇ, ਉਹਨੂੰ ਇਹ ਨੀ ਸੀ ਪਤਾ ਵੀ ਇਹ ਮੇਰਾ ਪੁੱਤਰ ਹੈ ਤੇ ਬੱਚੇ ਨੇ ਖੇਲਦੇ ਨੇ ਇੱਥੇ ਨਿਆਣੇ। ਉਹਨੇ ਪੁੱਛਿਆ, ਤਾਨਪਾਦ ਰਾਜੇ ਨੇ ਵੀ ਇਹ ਬੱਚੇ ਕੀਦੇ ਨੇ, ਇੱਕ ਸਿਆਣਾ ਬੱਚਾ ਸੀ ਵਿੱਚ। ਉਹ ਬੱਚੇ ਨੇ ਦੱਸ ਦਿੱਤਾ, ਫਲਾਨੇ ਪਾਸੇ ਦਾ, ਫਲਾਨੇ ਦਾ, ਧਿਮਕੇ ਦਾ, ਕਰ ਕੁਰ ਕੇ ਜਦ ਧਰੂ ਦੀ ਵਾਰੀ ਆਈ ਨਾ, ਕਹਿੰਦਾ ਹੈ ਰਾਜਨ, ਆ ਜਿਹੜਾ ਬੱਚਾ ਨਾ, ਇਹ ਫਲਾਨੇ ਮੁਹੱਲੇ ਦੇ ਵਿੱਚ ਇੱਕ ਹਵੇਲੀ ਹੈ, ਉੱਥੇ ਇੱਕ ਮਾਈ ਰਹਿੰਦੀ ਆ, ਉਹਦਾ ਪੁੱਤਰ ਆ ਇਹ। ਜਦ ਉਸਨੇ ਸੁਣੀ ਇਹ ਗੱਲ ਵੀ ਉਸ ਹਵੇਲੀ ਦੇ ਵਿੱਚ ਤਾਂ ਮੇਰੀ ਮਹਾਰਾਣੀ ਰਹਿੰਦੀ ਹੈ, ਇਹ ਤਾਂ ਮੇਰਾ ਪੁੱਤਰ ਹੈ। ਉਹ ਲਿਬੜਿਆ ਹੋਇਆ ਮਿੱਟੀ ਨਾਲ ਗੁਰਮੁਖ ਚੱਕ ਕੇ ਛਾਤੀ ਨੂੰ ਲਾ ਲਿਆ, ਬੜੋ ਪ੍ਰੇਮ ਨਾਲ, ਇਵੇਂ ਪਰਮੇਸ਼ਰ ਜਿਹਨੂੰ ਗੁਰੂ ਕਹਿੰਦੇ ਨੇ, ਕਰਕੇ ਪੈਰ ਤੇ Thank you.
ਉਹ ਖਬਰ ਨਹੀਂ ਕਿਹੜੀ ਦੁਨੀਆਂ ਚ ਹੋਣਗੇ।
ਜਾਂ ਤੂੰ ਆਪ ਜਾ ਰਹੇ ਨੇ ਜਾਂ ਕੋਈ ਤਰਕਾਲੀ ਜਾਣਦਾ ਹੋਵੇਗਾ। ਜਿਹਨੂੰ ਪਤਾ ਇਹ ਰੂਹ ਕਰਮਾਂ ਅਨੁਸਾਰ ਕਿੱਥੇ ਜਾਂਦੀ ਹੈ ਤਾਂ ਉਹ ਫਿਰ ਅਨੁਭਵ ਕਰ ਲਵੇਗਾ ਵੀ ਮੇਰਾ ਪਿਤਾ ਤਾਂ ਫਲਾਨੇ ਥੋਂ ਗਿਆ, ਹੁਣ ਉਹ ਤਾਂ ਸ਼ਰਾਬਾਂ ਪੀਂਦਾ ਸੀ, ਉਹ ਤਾਂ ਦੁਨੀਆਂ ਨੂੰ ਤੰਗ ਕਰਦਾ ਸੀ, ਮਾੜਾ ਜਿਹਾ ਸ਼ਹਿ ਸ਼ਾਰਤੀ ਦਾ ਇੱਥੇ ਜਿਹੜੇ ਹੁੰਦੇ ਨੇ ਮੁਖੀ ਜਿਹਾ ਜਿਹੜੇ ਤਾਕਤਾਂ ਕਹਿੰਦੇ ਨੇ ਜਿਹਨਾਂ ਨੂੰ, ਉਹ ਵੀ ਵਿਚਾਰ ਵਾਲਾ ਜਿਹਨੂੰ ਵਿਚਾਰ ਆ ਪਰਮਾਰਥ ਦੀ, ਦੂਆ ਨਹੀਂ, ਦੂਏ ਤਾਂ ਉਹ ਜਿਹਾ ਹੁੰਦਾ। ਉਹ ਦੱਸਦੇ ਨੇ ਵੀ ਜਿਹੜਾ ਨਗੁਰਾ ਆਦਮੀ ਹੈ ਨਾ ਗੁਰੂ ਵਾਲਾ ਨਹੀਂ ਬਣਿਆ, ਉਹ ਫਿਰ ਇਹਨਾਂ ਦੁਨੀਆਂ ਦੇ ਵਿੱਚ ਫਿਰਦਾ ਰਹਿੰਦਾ ਭਟਕਦਾ, ਕਦੇ ਕਿਸੇ ਦੁਨੀਆਂ 'ਚ ਚਲਿਆ ਗਿਆ, ਕਦੇ ਬੈਲਾਂ ਦੀ ਦੁਨੀਆਂ 'ਚ ਚਲਿਆ ਗਿਆ, ਕਦੇ ਊਠਾਂ ਦੀ ਦੁਨੀਆਂ 'ਚ ਚਲਿਆ ਗਿਆ, ਕਦੇ ਭੇਡਾਂ ਦੀ ਜੂਨਾਂ 'ਚ ਚਲਿਆ ਗਿਆ ਦੁਨੀਆਂ 'ਚ। ਇਉਂ ਫਿਰ ਉਹ ਇੱਕ ਘੱਟ ਲੱਖ 84 ਦੁਨੀਆਂ ਦੇ ਲੋ, ਇੱਕ ਘੱਟ 84 ਲੱਖ ਕਵਨੀ ਕਰ ਵਾਲੀ ਆਉਣੀ ਹੈ, ਆਹ ਵਾਰੀ ਆਈ ਹੋਈ ਹੈ, ਇਹ ਵੀ ਆਪਣੇ ਹੱਥਾਂ 'ਤੇ ਜਾਂਦੀ ਹੋਈ ਆ ਬਸ। ਹੁਣ ਧੌਲੇ ਆ ਗਏ ਆਪਣੇ ਤਾਂ, ਦੱਸੋ ਹੁਣ ਆਪਣੇ ਦੰਦ ਆਉਣਗੇ, ਕਿੱਥੋਂ ਲਿਆਵੇਗਾ ਦੰਦ ਹੁਣ? ਉਹ ਤਾਂ ਗਈ ਗੱਲ ਜਿਹੜੀ ਸੀਗੀ, ਹਾਂ ਹੁਣ ਆਵੇ ਤੂੰ ਜਿਹਾ ਜਿਹਾ ਤੇ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਜਾ। ਰਾਹ ਗ੍ਰਸਤ ਦੇ ਵਿੱਚ ਗੁਰੂ ਸਾਹਿਬ ਨੇ ਗ੍ਰਸਤ ਨੂੰ ਮਾੜਾ ਨਹੀਂ ਦੱਸਿਆ, ਗ੍ਰਸਤ ਨੂੰ ਛਡਾਇਆ ਨਹੀਂ ਹੈ, ਇਹ ਜਿਹੜੇ ਤੇਰੇ ਅਸੂਲ ਨੇ ਨਾ ਗਲਤ, ਇਹਨਾਂ ਨੂੰ ਕਿਹਾ ਗੁਰੂ ਸਾਹਿਬ ਨੇ ਵੀ ਇਹ ਛੱਡ ਦੇ ਤੂੰ ਗੁਰੂ ਵਾਲਾ ਬਣ ਕੇ ਜਾ, ਗੁਰੂ ਹਰ ਵਕਤ ਤੇਰੇ ਨਾਲ ਰਹੇਗਾ, ਤੈਨੂੰ ਤੱਤੀ ਵਾਲ ਨਹੀਂ ਲੱਗਣ ਦੇਵੇਗਾ, ਐਨ ਗੁਰਿਆ ਤੈਨੂੰ ਕਿਸੇ ਨੇ ਨਹੀਂ ਪੁੱਛਣਾ, ਬਸ ਬੜੋ ਪ੍ਰੇਮ ਦੇ ਨਾਲ Oh.
ਕਿਸੇ ਮਤ ਦਾ ਚਾਹੇ ਕੋਈ ਹੋਏ ਇਸ ਦੁਨੀਆਂ ਦੇ ਵਿੱਚ ਚਲਿਆ ਜਾਵੇਗਾ। ਜਿਹੜਾ ਗੁਰੂ ਆ ਉਸ ਜੀ ਦੁਨੀਆਂ ਹੋਰ ਆਪਾਂ ਵਿਚਾਰ ਰੱਖਾਂਗੇ। ਇਨਸਾਨ ਇੱਕੋ ਹੀ ਹੋਵੇਗਾ, ਜਿਵੇਂ ਹੁਣ ਸੰਗਤ ਦੇ ਵਿੱਚ ਜਿਹੜੇ ਨਗੁਰੇ ਆਦਮੀ ਬੈਠੇ ਨੇ ਨਾ, ਉਹਨਾਂ ਦੇ ਜਿਹੜੇ ਕਰਤੱਵ ਨੇ ਉਹ ਗੁਰੂ ਵਾਲਿਆਂ ਨਾਲ ਨੀ ਰਲਣੇ ਹਨ। ਬਸ ਉਹਨਾਂ ਕਰਤੱਵਾਂ ਦਾ ਜਿਹੜਾ ਫਲ ਹੈ ਨਗੁਰੇ ਨੂੰ, ਜਦ ਉਸਨੂੰ ਸੋਝੀ ਆ ਜਾਵੇਗੀ, ਉਹੀ ਗੁਰੂ ਵਾਲਾ ਬਣ ਕੇ ਫਿਰ ਕਰਤੱਵ ਕਰੇਗਾ। ਨਗੁਰੇ ਦੇ ਫਲਾਂ ਤੇ ਆਪਾਂ ਵਿਚਾਰ ਰੱਖਾਂਗੇ ਪਹਿਲਾਂ, ਵੀ ਕੀ ਫਲ ਮਿਲਦਾ ਨਗੁਰੇ ਨੂੰ। ਨਗੁਰਾ ਰਹਿ ਕੇ ਕਰਮ ਕਰਦਾ ਜਿਹੜਾ, ਜਿਹੜਾ ਗੁਰੂ ਵਾਲਾ ਕਰਮ ਕਰਦਾ ਉਸਨੂੰ ਕੀ ਫਲ ਮਿਲਦਾ। ਇੱਕੋ ਹੀ ਇਨਸਾਨ ਨੂੰ ਰੱਖਣਾ ਆਪਾਂ ਨੇ ਅੱਗੇ। ਜਿਹੜਾ ਨਗੁਰਾ ਆਦਮੀ ਨਾਲ ਨਗੁਰਾ, ਉਹਦੇ ਜਿਹੜੇ ਕਰਤੱਵ ਨੇ ਉਹਨਾਂ ਦਾ ਪਹਿਲਾਂ ਆਪਾਂ ਫਲ ਵਿਚਾਰਾਂਗੇ, ਫਿਰ ਉਹੀ ਗੁਰੂ ਵਾਲਾ ਬਣੇਗਾ ਉਸਦੇ ਫਲ ਦਾ ਆਪਾਂ ਵਿਚਾਰ ਕਰਾਂਗੇ। ਇੱਧਰ ਮਾਝੇ ਦੇ ਵਿੱਚ ਪੱਟੀ ਨਾਮੇ ਪਿੰਡ ਆ, ਬਹੁਤ ਵੱਡਾ ਕਸਬਾ ਹੈ, ਬਹੁਤ ਵੱਡਾ। ਉੱਥੇ ਅਮੀਰ ਰਹਿੰਦਾ ਜਿਹਨੂੰ ਸੇਠ ਕਹਿੰਦੇ ਨੇ, ਸ਼ਾਹੂਕਾਰ ਵੀ ਕਹਿ ਦਿੰਦੇ ਨੇ ਉਸਨੂੰ। ਇਕਲੌਤਾ ਹੀ ਪੁੱਤਰ ਜੰਮਿਆ ਉਸਦੇ, ਇਕਲੌਤਾ ਹੀ ਕੋਈ ਸਿਰਫ ਬਸ, ਬੜਾ ਪਿਆਰਾ ਲਾਡਾਂ ਦੇ ਨਾਲ ਪਾਲਿਆ ਉਸਨੂੰ। ਕਿਸ਼ੋਰ ਅਵਸਥਾ ਦੇ ਵਿੱਚ ਆ ਗਿਆ ਉਹ,
ਉਹਦੀ ਉੱਠਣੀ ਬੈਠਣੀ ਨਗੁਰਿਆਂ ਦੇ ਨਾਲ ਹੋਊਗੀ। ਸੀਤਾ ਉਹ ਵੀ ਨਗੁਰਾ ਹੀ, ਪਰ ਗੁਰੂ ਵਾਲਿਆਂ ਨਾਲ ਨਾ ਹੋਈ। ਜਿਸ ਤਰ੍ਹਾਂ ਜਿਹੜਾ ਸਰਮਦ ਹੋਇਆ ਨਾ ਖੀਰ, ਇਹ ਪਹਿਲਾਂ ਨਗੁਰਾ ਹੀ ਸੀ। ਇੱਕ ਸ਼ੇਸ਼ ਦਾ ਲੜਕਾ ਸੀ ਬਹੁਤ ਵੱਡੇ ਮੁਸਲਮਾਨ ਦਾ, ਦਿੱਲੀ। ਉਹ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਚੱਕਿਆ ਗਿਆ। ਇਹ ਨੌਜਵਾਨ ਬੱਚਾ ਮੁਸਲਮਾਨ ਬੇਪੀਰਾ ਸੀ। ਇਹ ਪੀਰਾਂ ਵਾਲਿਆਂ ਪੀਰਾਂ ਦੀ ਸੰਗਤ ਕਰਨ ਲੱਗ ਗਿਆ। ਪੀਰਾਂ ਵਾਲਿਆਂ ਦੀ ਮਾਇਆ ਬਹੁਤ ਸੀ ਇਹਦੇ ਕੋਲ। ਜਿਹੀ ਜੀ ਸੰਗਤ ਕਰਦਾ ਫਿਰ ਉਹ ਹੈ ਜੀ ਉਹ ਵਿਹਾਰ ਹੋ ਜਾਂਦਾ ਖਾਣਾ ਪੀਣਾ, ਉਧਰੇ ਮਾਇਆ ਖਰਚਣੀ ਸ਼ੁਰੂ ਕਰ ਦਿੰਦਾ ਹੈ। ਤਾਂ ਫਿਰ ਉਹਨੂੰ ਆਰਸ ਲੋਕਾਂ ਦੀ ਸੰਗਤ ਹੋਊਗੀ। ਉਹ ਜਿਹੜੀ ਮਾਇਆ ਸੀ ਉਸਨੇ ਚੰਗੇ ਪਾਸੇ ਲਾ ਤੀ। ਇੱਕ ਦਿਨ ਆ ਗਿਆ ਆਰਫ ਬਣ ਗਿਆ, ਆਰਫ ਬਣ ਗਿਆ ਜਿਹਨੂੰ ਆਪਾਂ ਬਰਮ ਗਿਆਨੀ ਕਹਿੰਦੇ ਹਾਂ। ਬਰਮ ਗਿਆਨੀ ਨੂੰ ਕੋਈ ਵਸਤਾ ਦੀ ਲੇਪ ਨਹੀਂ ਹੁੰਦਾ ਹੈ, ਮਰਜ਼ਾਦਾ ਹੁੰਦੀਆਂ ਨੇ ਆਪੋ ਆਪਣੇ ਮੱਤਾਂ ਦੀਆਂ, ਉਹ ਮਰਜ਼ਾਦਾ ਚ ਰਹਿੰਦੇ ਹੁੰਦੇ ਨੇ। ਫਿਰ ਆਲਫ ਲਗਨ ਹੋ ਗਿਆ ਵੀ ਇਹ ਵੀ ਇੱਕ ਟੰਟਾ ਜਿਹਾ ਜਿਹੜਾ ਧੋਵੋ ਪਾਓ ਧੋਵੋ ਪਾਓ, ਇਹ ਆਪਣੀ ਅਵਸਥਾ ਨਹੀਂ ਹੈ, ਇਹ ਹੈ ਪਰਮ ਗਿਆਨੀ ਦੀ ਆਰਫਾਂ ਦੀ। ਉਹ ਤਾਂ ਵਧੇ ਮੁਕਤ ਨੂੰ ਚਾਹੁੰਦੇ ਨੇ, ਫਿਰ ਇਹਨੂੰ ਲਾ ਦੀਏ ਸਿੜਦੀਏ ਪਰਾਂ, ਖਾਣਾ ਪਾਉਣਾ ਪੈਂਦਾ, ਬਹੁਤ ਕੁਛ ਕਰਨਾ ਪੈਂਦਾ ਸਰੀਰ ਦਾ। ਉਹ ਇਸ ਅਵਸਥਾ ਦੇ ਵਿੱਚ ਸਰਮਤ ਚਲਿਆ ਗਿਆ। ਉਹ ਤਾਂ ਚੰਗੇ ਪਾਸੇ ਮਾਇਆ ਖਰਚੀ ਨਾ ਤੇ ਉੱਚੇ ਪਾਸੇ ਚਲਿਆ ਗਿਆ, ਰੱਬ ਦੇ ਦੇਸ਼ ਦੇ ਵਿੱਚ, ਰੱਬ ਦੀ ਦੁਨੀਆਂ 'ਚ ਚਲਿਆ ਗਿਆ। ਉਹ ਤਾਂ ਔਰ ਜਿਹੜਾ ਸੀ ਸ਼ਾਹੂਕਾਰ ਦਾ ਲੜਕਾ, ਨਾਮ ਸੀ ਪ੍ਰੇਮਾ, ਬਹੁਤ ਮਾਇਆ ਪੌਂਡ ਹੁੰਦੇ ਸੀ ਜਦ ਮੂਹਰਾਂ, ਅਜੇ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਨਿੱਕ ਨਿੱਕੇ ਜੇ, ਜਦ ਬਹੁਤਿਆਂ ਲੋਕਾਂ ਕੋਲ ਵੀ ਮੋਹਰਾਂ ਹੁੰਦੀਆਂ ਸੀ ਆਪਣੇ ਵੀ, ਜਾਂ ਲੜਕੀਆਂ ਨੂੰ ਤੱਗਾ ਜਾ ਕਰਾ ਦੇਣਾ ਮੋਹਰਾਂ ਨੂੰ ਕੁੰਡੇ ਲਾ ਕੇ। ਅੱਜ ਕੱਲ ਮੋਹਰ ਨੂੰ ਕੌਣ ਛੱਡਦਾ ਜੇ ਦੇਖ ਲਵੇ ਕੋਈ, ਉਹ ਜਵਾਨਾ ਹੀ ਇਹੋ ਜਿਹਾ ਸੀਗਾ, ਸੋਨਾ ਬਹੁਤਾ ਹੁੰਦਾ ਸੀ, ਸਿੱਧੇ ਸਾਧੇ ਲੋਕ ਹੁੰਦੇ ਸੀ, ਇਮਾਨਦਾਰ ਹੁੰਦੇ ਸੀ ਜ਼ਿਆਦਾ। ਤਾਂ ਫਿਰ ਉਹ ਹੌਲੀ 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 ਕੋਈ ਐਸਾ ਉਹ ਸ਼ਰਾਬੀਆਂ ਦੀ ਸੰਗਤ ਕਰਨ ਲੱਗ ਗਿਆ, ਸ਼ਰਾਬੀਆਂ ਦੀ। ਜਾਂ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਨਾ ਕੁਸੰਗੀ ਨਗੁਰੇ, ਉਹ ਫਿਰ ਦੇਖਦੇ ਰਹਿੰਦੇ ਨੇ ਵੀ ਫਲਾਨੇ ਦਾ ਮੁੰਡਾ ਹੁਣ ਥੋੜਾ ਜਿਹਾ ਕਿਸ਼ੋਰ ਤੇ ਜਵਾਨੀ ਚ ਆ ਗਿਆ, ਇਸ ਨੂੰ ਕਿਵੇਂ ਨਾ ਕਿਵੇਂ ਆਪਾਂ ਆਪਣੇ ਕੰਨੀ ਲਾ ਲਈਏ, ਆਪਣੇ ਕੰਨੀ। ਸਾਡੇ ਇੱਕ ਬਾਬਾ ਹੁੰਦਾ ਸੀਗਾ, ਫੌਜੀ ਸੀ ਉਹ, ਉਹ ਫੀਮ ਖਾਂਦਾ ਸੀ, ਪਰ ਉਹ ਇਤਨਾ ਇਮਾਨਦਾਰ ਸੀ ਨਾ, ਇੱਕ ਪੈਸੇ ਦਾ ਵਫ਼ਾਦਾਰ ਨਹੀਂ ਸੀ ਕਿਸੇ ਦਾ। ਉਹਨੂੰ ਪੈਨਸ਼ਨ ਮਿਲਦੀ ਸੀ, ਜਦ ਉਹਦੀ ਫੀਮ ਮੁੱਕ ਜਾਂਦੀ ਫਿਰ ਉਹ ਪੈਸੇ ਮੰਗਦਾ ਹੁੰਦਾ ਸੀ। ਜਦ ਉਹਨੂੰ ਪੈਨਸ਼ਨ ਮਿਲ ਜਾਣੀ ਉਹਨੇ ਪਿਆਸੇ ਲਿਆ ਕੇ ਅੱਗੇ ਰੱਖ ਦੇਣੀ, ਠੀਕ ਆ ਫੀਮੀ, ਫੀਮਾ ਵਾਲਾ ਤਾਂ ਦਿੰਦਾ ਹੀ ਨਹੀਂ ਹੁੰਦਾ ਕਿਸੇ ਨੂੰ। ਨਹੀਂ, ਉਹ ਇਮਾਨਦਾਰ ਸੀ, ਗੁਰੂ ਵਾਲਾ ਸੀਗਾ।
ਉਹ ਪੁਰਾਣੀ ਟੱਕੀ ਚ ਜਦ ਮਹਾਰਾਜ ਜੀ ਹੁੰਦੇ ਸਨ, ਜਦ ਉੱਥੇ ਉਹ ਗ੍ਰੰਥੀ ਵੀ ਰਿਹਾ, ਉਹ ਫਿਰ ਗੱਲਾਂ ਸੁਣਾਉਂਦਾ ਹੁੰਦਾ ਸੀ ਕਿਤੇ ਕਿਤੇ। ਹੁਣ ਮੇਰੇ ਕੋਲ ਆ ਜਾਂਦਾ ਸੀ, ਮੈਂ ਜਥੇਦਾਰ ਜਿਹਾ ਬਣ ਗਿਆ ਸੀਗਾ, ਤੇ ਫਿਰ ਉਹ ਮੇਰੇ ਕੋਲ ਕਹਿੰਦਾ ਸੀਗਾ ਵੀ ਮੈਨੂੰ ਪੈਸੇ ਦੇ ਦਿਓ, ਮੈਂ ਤੁਹਾਨੂੰ ਲਿਆ ਦਾਂਗਾ ਜਦ ਮੇਰੀ ਮਿਲ ਜੂਗੀ ਪੈਨਸ਼ਨ। ਮੈਂ ਕਿਹਾ ਚੰਗਾ ਬਾਬਾ, ਤੂੰ ਤਾਂ ਇਮਾਨਦਾਰ ਆ, ਲੈ ਜਾ ਭਾਈ। ਉਹ ਫਿਰ ਦੇ ਦਿੰਦਾ ਸੀ, ਹੋਰ ਵੀ ਕੋਈ ਚੀਜ਼ ਦੇ ਦਿੰਦਾ ਸੀ ਨਾਲ ਲਿਆ ਕੇ, ਨਾਲੇ ਤਾਂ ਪੂਰੇ ਪੈਸੇ ਦਿੰਦਾ ਸੀ, ਨਾਲੇ ਹੋਰ ਪੈਨਸ਼ਨਾਂ ਇਹੋ ਜਿਹੀ ਲਿਆ ਦਿੰਦਾ ਸੀਗਾ, ਬੜਾ ਇਮਾਨਦਾਰ। ਉਹਨੇ ਦੱਸਿਆ ਕਹਿੰਦੇ ਜੇ ਅਸੀਂ ਬੂਟਾ ਲਾ ਦਈਏ ਨਾ, ਕਹਿੰਦੇ ਉਹਨੂੰ ਫਿਰ ਕੋਈ ਪੱਟ ਨਹੀਂ ਸਕਦਾ, ਪੱਟ ਨਹੀਂ ਸਕਦਾ ਪੱਟ। ਜਿਵੇਂ ਆਪਣੇ ਸਾਹਿਬ ਤੁਸੀਂ ਦੇਖਿਆ ਹੋਣਾ, ਸਾਹਿਬ ਖੂਟੇ ਰਹਿੰਦਾ ਹੁੰਦਾ, ਸਾਹਿਬ ਸੁਧਾਰ ਦਾ ਸੀਗਾ, ਸੁਧਾਰ ਦੇ ਲੋਕ ਭਲਾ ਮਾਣਸ ਨੇ। ਔਰ ਇਸ ਤਰ੍ਹਾਂ ਦੇ ਨਾਲ ਉਹ ਫੌਜ ਦੇ ਵਿੱਚ ਨੌਕਰ ਸੀ, ਉਸਨੇ ਕੋਈ ਬਹਾਦਰੀ ਕਰੀ, ਉਸਨੂੰ ਬਲੈਤ ਚ ਲੈ ਗਏ, ਬਲੈਤ ਚ ਲੈ ਗਏ। ਉੱਥੇ ਜਿਹੜੇ ਸਾਹਿਬ ਦੇ ਉਹ ਰਹਿੰਦਾ ਸੀ, ਇਹ ਤਾਂ ਉਹ ਕੀ ਕਰ ਕਰੇ, ਚਾਹ ਚ ਫੀਮ ਪਾ ਕੇ ਉਹਨਾਂ ਦੀਆਂ ਲੜਕੀਆਂ ਨੂੰ ਦੇ ਦਿਆ ਕਰੇ, ਲੜਕੀਆਂ ਨੂੰ ਆਪ ਦਾ ਹੱਥਾ ਹੁੰਦਾ ਸੀ। ਉਹ ਕਹਿੰਦਾ ਮੇਰੇ ਮਗਰ ਉਹ ਭੱਜੀਆਂ ਫਿਰਿਆ ਕਰਨ, ਉਹ ਲਾਤੀਆਂ ਉਸਨੇ ਫੀਮ, ਚਾਹ ਚ ਪਾ ਦੋ ਸਵਾਦ ਬਣ ਜਾਂਦੀ ਹੈ, ਸਵਾਦ ਦੀ ਪੱਟੀ ਦੁਨੀਆ ਫਿਰਦੀ ਹੈ ਸਾਰੀ। ਉਹ ਬਾਬਾ ਕਹਿੰਦਾ ਵੀ ਜੇ ਬੂਟਾ ਲਾ ਦਈਏ ਨਾ, ਕਹਿੰਦੇ ਫਿਰ ਕੋਈ ਪੱਟ ਨਹੀਂ ਸਕਦਾ। ਮਾ ਕਿਵੇਂ ਲਾਉਂਦੇ ਹੁੰਦੇ ਹੋ? ਕਹਿੰਦਾ ਅਸੀਂ ਪਹਿਲਾਂ ਤਾਂ ਚਾਹ ਲਿਜਾਉਂਦੇ ਹਾਂ, ਚਾਹ ਕਿਹੜਾ ਨੀ ਮੁਫਤ ਹੀ ਪੀਣੀ ਚਾਹੁੰਦਾ। ਅਜੇ ਤੁਹਾਨੂੰ ਕੋਈ ਆ ਦੁਕਾਨਾਂ ਵਾਲੇ ਕਹਿ ਦੇਣ ਚਾਹ ਪੀ ਲਓ ਮੁਫਤ, ਸਾਰਾ ਹੀ ਚੱਬ ਜਾਓਗੇ ਸਭ ਕੁਛ। ਕਹਿੰਦਾ ਅਸੀਂ ਹੌਲੀ ਹੌਲੀ ਚਾਹ ਲਿਜਾਉਂਦੇ ਹਾਂ, ਪਹਿਲਾਂ ਤਾਂ ਚਾਹ, ਫਿਰ ਕਹਿੰਦਾ ਵਿੱਚ ਫੀਮ ਪਾਉਂਦੇ ਹਾਂ ਥੋੜ੍ਹੀ ਥੋੜ੍ਹੀ। ਜਦ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਹੁਣ ਇਹਨੂੰ ਲੱਗ ਗਿਆ ਬੂਟਾ, ਫਿਰ ਅਸੀਂ ਪਾਉਣੋਂ ਹਟ ਜਾਂਦੇ ਹਾਂ, ਫਿਰ ਉਹ ਭੱਜਿਆ ਫਿਰਦਾ, ਫਿਰ ਠੇਕੇ ਨੂੰ ਜਾਂਦਾ ਜਿੱਥੇ ਵਿਕਦੀ ਆ ਉੱਥੇ ਨੂੰ। ਔਰ ਇਸ ਤਰ੍ਹਾਂ ਦੇ ਨਾਲ ਜਿਹੜੇ ਸ਼ਰਾਬੀ ਕਬਾਬੀ, ਇਹ ਫਿਰ ਇਸ ਤਰ੍ਹਾਂ ਦਾ ਆਪਣੇ ਮੰਗਲਾ ਵਰਗਾ ਕਰਨਾ ਚਾਹੁੰਦੇ ਨੇ। ਔਰ ਸ਼ਰਾਬਾਂ ਉੱਡਣੀਆਂ ਸ਼ੁਰੂ ਹੋ ਗਿਆ ਸੀਗਾ। ਅਮੀਰ ਜਿਹੜਾ ਹੁੰਦਾ ਮੂੜ ਮੱਥ ਜੀ, ਇਹ ਕਰਦਾ ਨੀ, ਇਹ ਨੀ ਮੰਨਦਾ ਹੁੰਦਾ। ਜੇ ਕਰਦੇ ਕਹਿਣਗੇ ਕਾਕਾ ਉਹ ਤੁਰੋ ਤੁਰ ਗਾਂ ਬੁੜਿਆ, ਬਜਾ ਆਰਾਮ ਨਾਲ ਜਾ ਕੇ। ਅੱਗੇ ਤਾਂ ਆਦਮ ਹੁੰਦਾ ਸੀ, ਆਵਾ ਆਦਮ ਕੋਈ ਨੀ ਆ ਕਿਸੇ ਵਡੇਰੇ ਦਾ। ਔਰ ਇਸ ਤਰ੍ਹਾਂ ਨਾਲ ਤਾਂ ਜੀ ਲੱਗ ਗਏ ਫਿਰ। ਜੈਸੇ ਕਰਤੱਵ ਕੋਈ ਕਰਦਾ ਨਾ, ਉਹ ਉਸਦਾ ਫਿਰ ਫਲ ਮਿਲਦਾ ਹੁੰਦਾ ਉਸਨੂੰ ਕਰਮ ਕਰਨ ਵਾਲੇ ਨੂੰ, ਬੜੋ ਪ੍ਰੇਮ ਦੇ ਨਾਲ। ਐਵੇਂ ਨੀ ਆ ਕਰਮ, ਚੰਗੇ ਦਾ ਵੀ ਮਿਲੇਗਾ।
ਵੱਢੇਗਾ ਜਿਹੜੀ ਬੀਜੀ ਹੋਈ ਹੈ, ਇਵੇਂ ਜਿਹੜਾ ਇਨਸਾਨ ਕਰਮ ਕਰਦਾ ਉਹਦਾ ਫਿਰ ਫਲ ਮਿਲਦਾ ਹੁੰਦਾ। ਫਲ ਆਪਾਂ ਨੂੰ ਤਾਂ ਹੁਣ ਦਾਣੇ ਮਿਲਣਗੇ ਨਾ ਜ਼ਿਮੀਂਦਾਰਾਂ ਨੂੰ, ਪਰ ਜਿਹੜਾ ਨੁਗਰਾ ਮਾੜੇ ਕਰਤੱਵ ਕਰਦਾ ਨਾ ਉਹਦਾ ਫਲ ਹੋਰ। ਉਹ ਜਿਹੜਾ ਸ਼ਾਹੂਕਾਰ ਦਾ ਮੁੰਡਾ ਪ੍ਰੇਮਾ, ਬਸ ਜੋ ਦੁਨੀਆ ਦੇ ਮਾੜੇ ਕਰਤੱਵ ਸਾਰੇ ਉਹਨਾਂ ਦੇ ਅੱਗੇ, ਸ਼ਰਾਬਾਂ ਪੀਣੀਆਂ, ਭਜਨ ਕਰਨ ਵਾਲਿਆਂ ਦੀ ਨਿੰਦਿਆ ਕਰਨੀ, ਗੋਇੰਦਵਾਲ ਸਾਹਿਬ ਨੂੰ ਸੰਗਤਾਂ ਜਾਂਦਿਆਂ ਦੀ ਬੁਰਾ ਭਰਾ ਬੋਲਣਾ ਉਹਨਾਂ ਨੂੰ, ਹਰ ਕਿਵੇਂ ਨੀ ਮਿਲੇਗਾ ਪ੍ਰਮੁਖੋ। ਆਹੋਤੀ ਮਰਦਾਨ ਬਾਬਾ ਕਰਨ ਸਿੰਘ ਮਹਾਰਾਜ ਦੇ ਦਰਸ਼ਨਾਂ ਨੂੰ ਸੰਗਤਾਂ ਆਉਂਦੀਆਂ ਸਨ। ਪਠਾਣੀ ਇਲਾਕਾ ਪਠਾਣਾ ਦੇ ਪਿੰਡ ਸਨ, ਉਹ ਸੰਗਤਾਂ ਦੇ ਮਗਰ ਕੁੱਤੇ ਲਾ ਦਿਆ ਕਰਨ ਕੁੱਤੇ, ਤੇ ਸੰਗਤਾਂ ਦੇ ਕੁੱਤਿਆਂ ਨੂੰ ਕੂਰਨੋ ਫਿਰ ਸੋਟੀ ਮਾਰਿਆ ਕਰਨ। ਹਰ ਬਾਬਾ ਕਰਨ ਸਿੰਘ ਮਹਾਰਾਜ ਨੂੰ ਬੇਨਤੀ ਕਰੀ ਵੀ ਮਹਾਰਾਜ ਇਹ ਪਠਾਣਾ ਦਾ ਪਿੰਡ ਹੈ, ਹੈ ਤਾਂ ਸਾਰੇ ਹੀ ਪਿੰਡ ਹੀ, ਵਿੱਚ ਦੋ ਚਾਰ ਸਿੱਖ ਜਾਂ ਹਿੰਦੂ ਹੁੰਦੇ ਸੀ, ਸਾਡੇ ਮਗਰ ਕੁੱਤੇ ਲਾ ਦਿੰਦੇ ਨੇ ਉਹ। ਇਹ ਜਿਹੜੇ ਮਹਾਤਮਾ ਹੁੰਦੇ ਨੇ ਗੁਰੂ ਲੋਕ, ਪਹਿਲਾਂ ਤਾਂ ਇਹ ਇਹਨਾਂ ਦੀ ਜਰਨ ਸ਼ਕਤੀ ਬਹੁਤ ਹੀ ਹੁੰਦੀ ਹੈ, ਸੁਣਦੇ ਨਹੀਂ ਹੁੰਦੇ,
ਐਨ ਜਦ ਪੱਕੀ ਗੱਲ ਹੋਵੇ ਨਾ ਫੇਰ ਇਹ ਸੁਣਦੇ ਹੁੰਦੇ ਨੇ। ਆ ਸੁਣ ਤੋਂ ਨੀ ਸੁਣਦੇ ਹੁੰਦੇ ਮਹਾਤਮਾ ਕਿਸੇ ਦੀ, ਅਸੀਂ ਤਾਂ ਆਪ ਦੇਖਦੇ ਰਹੇ ਅੱਖਾਂ ਦੇ ਨਾਲ। ਜਾਂ ਤੀਸਰੀ ਗੇਲ ਕੁੱਤੇ ਲਾਏ, ਫਿਰ ਮਹਾਰਾਜ ਨੇ ਸੁਣੀ ਉਹਨਾਂ ਦੀ, ਕਹਿੰਦੇ ਉਹ ਕਰੋ ਵੀ ਪ੍ਰੇਮੀ ਆ ਲੈ ਜਾਓ ਮਠਿਆਈ ਦੇ ਲਿਫਾਫੇ, ਜਾਂ ਉਹਨਾਂ ਨੂੰ ਦੇ ਦਿਓ ਬਈ ਜੇ ਤਾਂ ਨਹੀਂ ਕੁੱਤੇ ਲਾਵੋਗੇ ਸਾਡਾ ਹੁਕਮ ਸੁਣਾ ਦਿਓ ਉਹਨਾਂ ਨੂੰ, ਬਈ ਤਾਂ ਇਹ ਬਣ ਜੂਗਾ ਅੰਮ੍ਰਿਤ, ਇਹ ਜਿਹੜੀ ਮਠਿਆਈ ਹੈ, ਜੇ ਤੁਸੀਂ ਸਾਡੇ ਮਗਰ ਕੁੱਤੇ ਲਾਵੋਗੇ ਨਾ ਫਿਰ ਇਹ ਵਿਹ ਬਣ ਜੂਗੀ। ਸਾਲ ਭਰ ਅੰਮ੍ਰਿਤ ਬਣੀ ਰਹੀ, ਸਾਲ ਬਾਅਦ ਆਉਂਦੇ ਅਸੀਂ ਸੰਗਤਾਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਕੁੱਤੇ ਲਾਤੇ, ਬਸ ਫਿਰ ਮਰਨੇ ਸ਼ੁਰੂ ਹੋ ਗਏ, ਸਾਰਾ ਪਿੰਡ ਹੀ ਮਰ ਗਿਆ। ਦੇਖ ਲਓ ਮਹਾਤਮਾ ਦੇ ਵਿੱਚ ਕਿੰਨੀ ਤਾਕਤ ਹੈ, ਉਹ ਜੈਸੇ ਕਰਤੱਵ ਕਰਦਾ ਉਹਦਾ ਫਲ ਤਾਂ ਮਿਲਣਾ ਹੀ ਹੋਇਆ ਨਾ, ਫਿਰ ਤਦ ਅੰਤ ਧੁੰਦ ਹੋ ਗਿਆ, ਫਿਰ ਜੋ ਮਰਜ਼ੀ ਕਰੋ ਫਿਰ ਤਾਂ ਨਹੀਂ, ਐਸਾ ਨਹੀਂ ਹੈ। ਹੁਣ ਤਾਂ ਤੂੰ ਪ੍ਰਮਾਦੀ ਹੋਇਆ ਨਾ, ਉਸ ਤੈਨੂੰ ਵਿਧਾਨ ਦਾ ਪਤਾ ਨੀ, ਤੇਰੇ ਅੱਗੇ ਆਇਆ ਨੀ, ਆਊਗਾ ਅੱਗੇ ਜਾਂ ਤੇਰੀ ਰੂਹ ਇਸ ਰੂਈ ਚੋਂ ਨਿਕਲੇਗੀ, ਕੁਛ ਇੱਥੇ ਵੀ ਦਿਖਾ ਦਿੰਦਾ ਰੱਬ, ਆ ਦੇ ਲੋ ਐਕਸੀਡੈਂਟ ਹੋ ਕੇ ਟੁੱਟੇ ਹੋਏ ਫਿਰਦੇ ਨੇ, ਕਈ ਮੰਜਿਆਂ ਤੇ ਪਏ ਨੇ, ਲੱਤਾਂ ਟੁੱਟ ਜਾਂਦੇ, ਪਿੱਠਾ ਉਹ ਐਵੇਂ ਤਾਂ ਪਿੱਠਾ ਟੁੱਟਦਾ ਹੀ ਨਹੀਂ ਹੁੰਦਾ ਕਿਸੇ ਦਾ, ਇਹਦਾ ਕਰਮਾਂ ਦਾ ਫਲ ਮਿਲਦਾ ਹੁੰਦਾ, ਬਸ ਹੋਰ ਕੀ ਹੈ। ਇਸ ਤਰ੍ਹਾਂ ਦੇ ਨਾਲ ਉਹ ਸਾਰੇ ਹੀ ਮਰ ਗਿਆ ਪਿੰਡ ਹੀ, ਉਹ ਜਿਹੜਾ ਪ੍ਰੇਮੀ ਉਹ ਪ੍ਰੇਮਾ ਗੋਬਿੰਦਵਾਲ ਸਾਹਿਬ ਨੂੰ ਸੰਗਤ ਆਉਂਦੀ, ਉਹ ਰਲੀ ਹੋਈ ਜਿਹੜੀ ਮੰਡਲੀ ਸੀ ਸ਼ਰਾਬੀਆਂ ਦੀ ਬਨਵਾਸ਼ਾਂ ਦੀ, ਬਸ ਐਂ ਫਿਰ ਉਹ ਸੰਗਤਾਂ ਨੂੰ ਟਿੱਚਰਾਂ ਕਰਿਆ ਕਰਨ, ਉਹ ਫਿਰ ਕੁਦਰਤੀ ਜਿਹੜਾ ਫਲ ਮਿਲਣਾ ਆਉਣਾ। ਰੱਬ ਬੇਇਨਸਾਫ ਨਹੀਂ ਹੈ, ਇਨਸਾਫੀ ਹੈ ਰੱਬ ਤਾਂ। ਉਹ ਕਰਮ ਕਰਦਿਆਂ ਜਦ ਕਰਮ ਫਲ ਦੇਣ ਤੇ ਆਉਂਦਾ ਨਾ, ਫਿਰ ਕੋਈ ਵਿਧੀ ਬਣਦੀ ਹੁੰਦੀ ਹੈ, ਪਹਿਲਾਂ ਕਾਰਨ ਬਣਦਾ ਹੁੰਦਾ, ਫਿਰ ਕਾਰਜ ਬਣਦਾ ਹੁੰਦਾ ਅੱਗੇ। ਕਾਰਨ ਕੀ ਆ? ਮਾੜੇ ਕਰਮ। ਫਿਰ ਜਿਹੜਾ ਉਹ ਫਲ ਮਿਲਣਾ ਰੋਗ, ਉਹ ਕੀ ਹੈ? ਉਹ ਫਿਰ ਕਾਰਨ, ਕਾਰਜ ਹੋ ਜਾਂਦਾ ਵਾ ਕਾਰਨ ਤੋਂ। ਔਰ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਵੀ ਲਿਖਿਆ ਨਾ, ਜਿਹੜਾ ਅਨੁਗ੍ਰਹ ਆਦਮੀ ਆ ਉਹ ਪਰਮੇਸ਼ਰ ਨੂੰ ਭੁੱਲਦਾ, ਉਹ ਕਤਕ ਕਰਮ ਕਮਾਵਣੇ। ਕਰਮ ਕਹਿੰਦੇ ਨੇ ਕਰਤੱਵ ਨੂੰ, ਚੰਗੇ ਔਰ ਮਾੜੇ ਦੋ ਕਿਸਮ ਦੇ ਨੇ, ਹੈ ਤਾਂ ਕਰਮ ਅੱਗੇ ਵੀ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਹੈ, ਉਤਲੇ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਉਹਨਾਂ ਦਾ, ਆਪਾਂ ਦੋ ਹੀ ਜਾਣਦੇ ਹਾਂ ਜੀ, ਉਹਨਾਂ ਦੇ ਕਰਮ ਹੋਰ ਹੁੰਦੇ ਨੇ। ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਯੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਸਰੀਰ ਕਰਕੇ ਹੀ ਮਾੜੇ ਕਰਮ ਕਰਦਾ ਨਾ, ਇਹ ਫਿਰ ਫਲ ਕੀ ਨੂੰ ਮਿਲਣਾ? ਸਰੀਰ ਨੂੰ ਹੀ ਮਿਲੇਗਾ, ਪਰ ਉਹ ਪ੍ਰੇਮ ਨਾਲ ਬੰਦਗੀ ਦਾ ਫਲ ਹੋਰ ਹੈ। Thank you.
ਹਾਥੀ ਹੁੰਦਾ ਨਾ, ਹਾਥੀ ਕਹਿੰਦੇ ਜਿਤਨੀਆਂ ਪੈੜਾਂ ਨੇ ਸਾਰੇ ਜਾਨਵਰਾਂ ਦੀਆਂ ਉਹਦੇ ਚ ਆ ਜਾਣ। ਇਸੇ ਤਰ੍ਹਾਂ ਹੀ ਜਿਹੜੇ ਰੋਗ, ਜਿਹੜਾ ਕੋੜ ਦਾ ਰੋਗ ਆ ਨਾ, ਸਾਰੇ ਰੋਗ ਉਸਦੇ ਵਿੱਚ ਆ ਜਾਣਗੇ। ਉਹ ਕਰਮਾਂ ਦਾ ਫਲ ਦੇਣ ਨੂੰ ਪਰਾ ਲੱਭਦਾ ਹੀ ਅੱਗੇ। ਉਸ ਪ੍ਰੇਮੀ ਦੇ ਸਰੀਰ ਨੂੰ ਕੋੜ ਹੋ ਗਿਆ, ਕੋੜ ਪਹਿਲਾਂ ਤਾਂ ਇਲਾਜ ਲੂਜ ਕਰਾਉਂਦੇ ਨੇ ਗੁਪਤ ਸ਼ਬਦ ਜੇ, ਤੇ ਉਹ ਜਦ ਫਿਰ ਉਂਗਲੀਆਂ ਝੜਨ ਲੱਗ ਗਈਆਂ, ਫਿਰ ਹੁਣ ਉਹ ਤਾਂ ਹੋ ਗਿਆ ਜ਼ਹਿਰ। ਜਿਹੜੇ ਕਰਤੱਵ ਕਰਦਾ ਜ਼ਹਿਰ ਹੋਣੇ ਸ਼ੁਰੂ ਹੋ ਗਏ। ਤਾਂ ਹੀ ਤਾਂ ਦੱਸਿਆ ਜੇਤੇ ਕਰਮ ਕੀਏ ਰਾਖੇ ਤਰੇ ਦਵਾਏ, ਪ੍ਰਗਟ ਪਏ ਨਿਦਾਨ ਸਭ ਜਾ ਪੁੱਛੇ ਧਰਮ ਰਾਏ। ਉਹ ਜਿਹੜੇ ਕਮਾਏ ਚੋਰੀ ਕਰਮ, ਉਹ ਫਿਰ ਜ਼ਹਿਰ ਹੋਏ ਕੀ, ਉਹ ਫੁੱਲ ਨੇ ਜਿਹੜੇ ਮੂਹਰਲੇ ਉਂਗਲੀਆਂ ਦੇ, ਉਹਨਾਂ ਦੇ ਵਿੱਚੋਂ ਪੀਕ ਨਿਕਲਣ ਲੱਗ ਗਈ। ਇਹ ਕਿਉਂ ਨਿਕਲਿਆ ਜੀ ਪੀਕ? ਉਸਨੇ ਮਾੜੇ ਕਰਮ ਕਰੇ ਤਦ ਨਿਕਲੀ ਹੈ, ਚੰਗਿਆਂ ਦੇ ਵੀ ਕਦੇ ਕਰਨ ਵਾਲਿਆਂ ਦੇ ਪੀਕ ਨਿਕਲਦੀ ਹੈ, ਉਂਗਲੀਆਂ ਚ ਨਹੀਂ ਨਿਕਲੇਗੀ। ਉਹਨਾਂ ਦਾ ਤਾਂ ਸਰੀਰ ਐਸਾ ਹੁੰਦਾ ਹੌਲਾ ਫੁੱਲ ਵਰਗਾ। ਔਰ ਇਸ ਤਰ੍ਹਾਂ ਦੇ ਨਾਲ ਉਹ ਜਿਹੜੇ ਸੀਗੇ ਨਵਾਲੇ, ਉਹ ਪੀਣ ਵਾਲੇ ਪਿਆਲੇ, ਉਹਨਾਂ ਨੂੰ ਵੀ ਦਿਖਦੀ ਇਹ ਗੱਲ। ਉਹਨਾਂ ਨੇ ਕਿਹਾ ਵੀ ਇਹ ਤਾਂ ਸ਼ਾਹੂਕਾਰ ਦਾ ਲੜਕਾ ਹੈ, ਇਹ ਤਾਂ ਇਲਾਜ ਕਰਾ ਲੂਗਾ, ਇਹਦਾ ਤਾਂ ਲਾਗ ਲੱਗ ਜਾਣੀ ਹੈ। ਕਈ ਬਿਮਾਰੀਆਂ ਦੀ ਲਾਗ ਲੱਗ ਕੇ ਜਨਮ ਜਾਂਦੇ ਨੇ, ਉਹ ਜੀਂਦੇ ਨਹੀਂ ਹੁੰਦੇ, ਹੁਣ ਵੀ ਫਿਰਦੇ ਨੇ ਉੱਡਦੇ ਇੱਥੇ, ਪਰ ਆਪ ਛੁੱਟੀ ਦੇ ਨੇ ਇੱਥੇ ਤਾਂ ਅਡੂਏ ਨਹੀਂ ਹਨ। ਉਹ ਜਿਹੜੇ ਬਹੁਤੇ ਜਨਮ ਜੀ ਹੁੰਦੇ ਨੇ ਨਾ, ਉਹ ਥੋੜਿਆਂ ਨੂੰ ਖਾ ਜਾਂਦੇ ਨੇ। ਤੇ ਜਿਹੜੀ ਗੁਰੂ ਬਾਣੀ ਹੈ, ਸੰਗਤ ਹੈ ਜਿਹੜੀ, ਇਹ ਬਾਣੀ ਦੇ ਵਿੱਚ ਤਾਕਤ ਆ, ਇਹਦੇ ਵਿੱਚ ਸ਼ੁੱਧ ਜਨਮ ਜੀ ਨੇ, ਸ਼ੁੱਧ ਸ਼ਾਂਤੀ ਵਾਲੇ ਨੇ। ਤਾਂ ਹੀ ਨਾ ਕੋਈ ਸਾਹ ਲੈਂਦਾ, ਸ਼ਾਂਤੀ ਹੈ ਅੰਦਰ। ਕਾਹਦੀ ਹੈ? ਬਾਣੀ ਦੀ ਔਰ ਨਾਮ ਦੀ ਔਰ ਵਿਚਾਰ ਦੀ। ਔਰ ਇਸ ਤਰ੍ਹਾਂ ਨਾਲ ਉਹਨੂੰ ਫਿਰ ਕੋਰ ਹੋ ਗਿਆ। ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਨੂੰ ਵੀ ਹੋਊਗਾ ਹੁਣ, ਬਸ ਉਹ ਤਾਂ ਛੱਡ ਕੇ ਗੁਰਮੁਖ ਜਿਹੜੇ ਉਹਨੂੰ ਵਡਿਆਉਂਦੇ ਬਾਅਦ ਤੇਰੇ ਉਹ ਪ੍ਰੇਮਿਆ, ਤੂੰ ਹੀ ਜੰਮਿਆ ਦੁਨੀਆ 'ਚ, ਤਾਂ ਦੇਖੇ ਨਾ ਤੁਸੀਂ ਪਿੰਡਾਂ 'ਚ ਜਿਹੜਾ ਸ਼ਰਾਬ ਪਿਲਾਉਂਦਾ ਹੁੰਦਾ ਉਹਨੂੰ ਕੀ ਕਹਿੰਦੇ ਹੁੰਦੇ ਨੇ ਦੂਏ,
ਬਈ ਤੇਰੇ ਪਿਓ ਦੇ ਤਾਂ ਦੁਨੀਆਂ ਦੇ ਵਿੱਚ ਨਾਂ ਹੀ ਉੱਗਾ ਹੋ ਗਿਆ, ਅਸਾਂ ਐਵੇਂ ਰਿਹਾ ਮਿੱਟੀ ਖਾਣੇ ਜੇ ਨੇ ਲੋਕ। ਕਿਉਂ? ਉਹ ਮਿਲਦਾ ਨਾ ਕੁਛ, ਜੇ ਨਾ ਮਿਲੇ ਕੁਛ ਅਗਲਾ ਝਾਕਦਾ ਨੀ ਹੈ ਦੂਏ ਕੰਨੀ, ਉਹ ਤਾਂ ਭੱਜ ਗਏ ਜੀ, ਛੱਡ ਗਏ, ਇਕੱਲਾ ਹੀ ਰਹਿ ਗਿਆ। ਕੌਣ ਹੈ ਕਿਸੇ ਦਾ ਗੁਰਮੁਖ? ਦੁਨੀਆਂ ਸਾਰੀ ਮੱਤ ਮਿਲਦੀ ਆ, ਬਸ ਖਾਣ ਪੀਣ ਦੀ ਹੈ। ਆ ਜਿਹੜੇ ਪੁੱਤਰ ਧੀਆਂ ਜਾਂ ਆਪਣੇ ਪਿੱਛੇ ਫਿਰਦੇ ਨਾ ਭੱਜੇ, ਇਹ ਸਭ ਮੱਤ ਮਿਲਦੇ ਨੇ, ਕੋਈ ਨੀ ਹੈ ਕਿਸੇ ਦਾ ਇੱਥੇ ਬੜੋ ਬਣਿਆ ਹੁੰਦਾ। ਇਤਨਾ ਆਪਾਂ ਨੂੰ ਗਿਆਨ ਨਹੀਂ ਹੈ ਕੋਈ ਨਾ ਕਿਸੇ ਦਾ ਬੇਲੀ ਦੁਨੀਆ ਢੋਲ ਪਾ ਕੇ ਸਾਰੀ ਦੁਨੀਆਂ ਚ ਦੇਖ ਲਿਆ, ਬਜਾ ਕੇ ਕੋਈ ਨੀ ਕਿਸੇ ਦਾ, ਬਸ ਸਾਰੀ ਦੁਨੀਆਂ ਮੱਤ ਬਲਦੀ ਹੈ। ਉਹ ਤਾਂ ਭੱਜ ਗਏ, ਖਬਰ ਨੀ ਕਿੱਧਰ ਜਾ ਵੜੇ। ਹੁਣ ਘਰਦਿਆਂ ਨੂੰ ਦੁੱਖ ਹੈ, ਹੁਣ ਜਿਹੜੀ ਬਿਮਾਰੀ ਹੈ ਇਹ ਲਾ ਇਲਾਜ ਹੈ, ਕੋੜ ਨੀ ਹਟਦਾ ਹੁੰਦਾ,
ਇੱਕਾ ਕੈਂਸਰ ਜਾ ਨਿਕਲ ਆਇਆ ਹੁਣ ਦੇਖ ਲਓ ਦੇਖਿਆ ਕੈਂਸਰ ਮੇਰੇ ਕੋਲ ਬਹੁਤ ਆਉਂਦੇ ਨੇ ਕੈਂਸਰਾਂ ਵਾਲੇ ਮਾਖਾ ਵੀ ਇਹ ਤਾਂ ਮੁਸ਼ਕਿਲ ਜਿਹੀ ਗੱਲ ਹੈ ਹੁਣ ਤਾਂ ਇਹ ਤਾਂ ਧੁਰਦੀ ਹੋਈ ਚਿੱਠੀ ਆ ਗਈ ਤੈਨੂੰ ਹੁਣ ਧੁਰਦੀ ਹੋਈ ਆਉਣੀ ਸਾਰਿਆਂ ਨੂੰ ਹੀ ਹੈ ਉਹਨੂੰ ਜਰਾ ਉਹ ਦਿਖ ਪੈਂਦਾ ਉਹਦੇ ਸਾਰ ਦਿਖ ਪੈਂਦੇ ਨੇ ਨਾ ਵੀ ਇਹ ਹੁਣ ਮੈਨੂੰ ਲੈ ਕੇ ਜਾਊਗਾ ਹੁਣ ਕੋਹੜ ਹੋ ਗਿਆ ਉਸਨੂੰ ਭੱਜ ਗਏ ਸਭ ਕਰਦੇ ਹੁਣ ਉਹਨੂੰ ਕਹਿੰਦੇ ਨੇ ਕਾਕਾ ਤੈਨੂੰ ਬੜਾ ਸਮਝਾਇਆ ਬਈ ਤਾਂ ਸਾਡੀ ਇੱਕ ਨਹੀਂ ਮੰਨੀ ਤੇ ਮੰਨਦਾ ਹੀ ਨਹੀਂ ਗੱਲ ਨਹੀਂ ਹੋ ਜਾਂਦੇ ਨੇ ਜਿਹੜੇ ਹੁੰਦੇ ਨੇ ਲੋਕ ਜੇ ਮਾੜੀ ਜੀ ਚੌਧਰ ਮਿਲ ਜਾ ਹਾਂ ਇਸ ਤਰ੍ਹਾਂ ਦੇ ਨਾਲ ਕਹਿੰਦੇ ਵੀ ਹੁਣ ਕਰੀਏ ਕੀ ਪੁੱਤਰ ਤਾਂ ਤੂੰ ਸਾਡਾ ਹੀ ਹੈ ਪਰ ਹੁਣ ਤੈਨੂੰ ਹੋ ਗਿਆ ਕੋੜ ਇਹਦੇ ਜਿਹੜੇ ਜਰਮਜ ਨੇ ਕੰਧਾਂ 'ਚ ਵੜ ਜਾਣਗੇ ਇਹ ਤਾਂ ਫਿਰ ਸਾਨੂੰ ਵੀ ਵਾਰ ਹੀ ਲੱਗ ਜੂਗੇ ਸਾਰੇ ਹੀ ਚੱਲਾਂਗੇ ਫਿਰ ਤਾਂ ਮਰਨਾ ਕੌਣ ਚਾਹੁੰਦਾ ਜਦ ਇਹੋ ਜਿਹੇ ਸਾਰ ਦੇ ਗਏ ਘਰਦੇ ਵੀ ਥੋੜ੍ਹੇ ਥੋੜ੍ਹੇ ਨਫ਼ਰਤ ਕਰਨ ਲੱਗ ਗਏ ਸਭ ਚੱਲਦੀ ਗੱਡੀ ਦੇ ਲਾਗੂ ਨੇ ਗੁਰਮੁਖੋ ਕੋਈ ਨਹੀਂ ਕਿਸੇ ਦਾ ਕਰਦਿਆਂ ਨੇ ਜਵਾਬ ਦੇ ਤਾ ਕਾਕਾ ਵੀ ਹੁਣ ਤੂੰ ਤਾਂ ਘਰਦੇ ਵਿੱਚ ਰੱਖਣ ਦਾ ਵੀ ਲਾਇਕ ਨਹੀਂ ਹੈ ਇਹ ਤਾਂ ਅਸੀਂ ਵੀ ਮਰ ਜਾਵਾਂਗੇ ਫਿਰ ਸਾਰੇ ਬਿਹਤਰ ਤਾਂ ਇਹ ਤੇਰੀ ਖੁਦ ਤੇ ਸ਼ਬਰੀ ਪਾ ਦਿੰਦੇ ਹਾਂ ਉੱਥੇ ਤੈਨੂੰ ਰੱਖ ਦਿੰਦੇ ਹਾਂ ਰੋਟੀ ਪਾਣੀ ਦੇ ਦਿਆ ਕਰਾਂਗੇ ਉਹ ਘਰਦਿਆਂ ਨੇ ਜਵਾਬ ਦੇ ਤਾ ਗੁਰਮੁਖੋ ਬੜੋ ਪ੍ਰੇਮ ਨਾਲ ਕੌਣ ਆ ਕਿਸੇ ਦਾ ਇੱਥੇ ਵਾਲੇ ਦਾ ਉਂਗਲੀਆਂ ਝੜ ਗਈਆਂ
ਟੋਕਰੇ ਦੇ ਵਿੱਚ ਰੱਖ ਲਿਆ। ਬਾਹਰ ਖੂਤੇ ਛਪਰੀ ਪਾ ਕੇ, ਮੰਜਾ ਡਾ ਕੇ, ਬਿਸਤਰਾ ਵਿਛਾ ਕੇ, ਟੋਕਰੇ ਚੋਂ ਕੱਢ ਕੇ ਮੰਜੇ ਤੇ ਰੱਖਤਾ। ਮੁੜਿਆ ਜਿਵੇਂ ਆਪਾਂ ਸ਼ਮਸ਼ਾਨ ਭੂਮਿਕਾ ਦੇ ਵਿੱਚ ਲਿਜਾ ਕੇ ਉਸ ਨੂੰ ਲਾ ਕੇ ਲਾਂਬੂ ਜਾ ਅੱਗ ਜੀ, ਤਾਂ ਫਿਰ ਡੱਕੇ ਸਿੱਟ ਕੇ ਪਿੱਛੇ ਨੂੰ ਮੁੜੇ ਆਉਂਦੇ ਹਾਂ। ਹੁਣ ਉਹ ਵਿਚਾਰਾ ਕੀ ਕਰੂ ਉੱਥੇ ਇਕੱਲਾ? ਉਹ ਸਾਰੀ ਉਮਰ ਤੁਹਾਨੂੰ ਖਵਾਉਂਦਾ ਰਿਹਾ, ਹੁਣ ਇਹਨੂੰ ਪਿੱਠ ਦੇ ਕੇ ਪਿੱਛੇ ਨੂੰ ਮੁੜ ਪਏ। ਬੈਠੋ ਹੁਣ ਇੱਥੇ ਕੋਲ, ਕੌਣ ਆ ਕਿਸੇ ਦਾ? ਸਭ ਦੁਨੀਆਂ ਖਾਣ ਪੀਣ ਦੀ ਹੀ ਹੈ, ਬਸ ਇਕੱਲਾ ਹੀ ਬੈਠਾ। ਹੁਣ ਉਸਦੇ ਗੱਲਾਂ ਯਾਦ ਆਈਆਂ, ਆਪਾਂ ਵੀ ਗੁਰੂ ਦੀਆਂ ਗੱਲਾਂ ਯਾਦ ਕਰ ਲਓ, ਜਿਹੜਾ ਗੁਰੂ ਕਹਿੰਦਾ ਆਪਾਂ ਨੂੰ ਵੀ ਗੁਰੂ ਵਾਲੇ ਬਣ ਜਾਓ। ਗੁਰੂ ਹੀ ਕਹਿੰਦਾ ਨਾ, ਹੋਰ ਕੌਣ ਕਹਿੰਦਾ ਆਪਾਂ ਨੂੰ? ਸਾਰੇ ਪ੍ਰਾਣੀ ਮਤ ਨੂੰ ਗੁਰੂ ਕਹਿੰਦਾ, ਹਰ ਇੱਕ ਮਤ ਦੇ ਇਨਸਾਨ ਨੂੰ ਗੁਰੂ ਕਹਿੰਦਾ ਬਈ ਗੁਰੂ ਵਾਲਾ ਬਣ ਜਾ, ਪੀਰ ਵਾਲਾ ਬਣ ਜਾ, ਤੂੰ ਮੁਰਸ਼ਦ ਵਾਲਾ ਬਣ ਜਾ। ਪਤਾ ਨੀ ਫਿਰ ਨਾਲ ਕੀ ਹਾਲ ਹੋਵੇਗਾ। ਫਿਰ ਹੁਣ ਉਹਦੇ ਯਾਦ ਆਉਂਦੀ, ਇਹਨੇ ਰੋਂਦਾ ਬੈਠਾ, ਹੁਣ ਕੀ ਬਣਦਾ? ਜਾਂ ਚਿੜੀਆਂ ਖੇਡੇ ਜੁਲਦੀਆਂ, ਪਹਿਲਾਂ ਡਾਉਣੇ ਸੀ ਨਾ, ਪਹਿਲਾਂ ਬਾਜਰਾ, ਫਿਰ ਤਾਂ ਬਜ ਲੈਂਦਾ, ਪਹਿਲਾਂ ਤਾਂ ਸੋਚਿਆ ਹੀ ਨੀ ਬਸ। ਹਾਂ, ਇਸ ਤਰ੍ਹਾਂ ਨਾਲ ਉੱਥੇ ਰੋਂਦਾ, ਕਰਮਾਂ ਨੂੰ ਯਾਦ ਕਰ। ਉੱਥੇ ਹੁਣ ਪਾਉਣ ਜਾਂਦਾ, ਦੋ ਚਾਰ ਦਿਨ ਰੋਟੀ ਦਿੱਤੀ, ਹਟ ਕੇ ਦੇਣ, ਹਟ ਕੇ ਦੇਣ ਰੋਟੀ ਵੀ। ਕੋਈ ਦਿਆਲੂ ਸੀ, ਦਿਆਵਾਨ ਵੀ ਹੁੰਦੇ ਨੇ ਪਿੰਡਾਂ ਦੇ ਵਿੱਚ, ਉਸਨੇ ਕੀ ਕਰਿਆ, ਠੂਠੇ ਨੂੰ ਗਲੀਆਂ ਕੱਢ ਕੇ ਰੱਸੀ ਪਾ ਕੇ ਉਹਦੇ ਗਲ ਚ ਪਾ ਤਾ। ਜਿਹਨੂੰ ਰਹਿਮ ਆਉਂਦਾ ਨਾ ਕਿਸੇ ਨੂੰ, ਉਹ ਠੂਠੇ ਦੇ ਵਿੱਚ ਪਾਇਆ ਆਉਂਦਾ, ਫਿਰ ਟੁੰਡਾ ਨਾ ਖਾਂਦਾ, ਨਾਲੇ ਉਹ ਯਾਦ ਕਰਦਾ ਜਿਹੜੇ ਕਰਮ ਕਰੇ ਨੇ ਨਗੁਰਾ ਰਹਿ ਕੇ। ਹਾਂ, ਇਸ ਤਰ੍ਹਾਂ ਦੇ ਨਾਲ ਕੌਣ ਆ ਕਿਸੇ ਦਾ? ਜਾਂ ਕੋ ਮੁਸ਼ਕਿਲ ਹੱਥ ਬਣੇ, ਟੋਲੀ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣ, ਸਾਫ ਸਾਕ ਵੀ ਭੱਜ ਖਲੇ, ਭੱਜੇ ਸਭੋ ਆਸਰਾ, ਚੂਕੇ ਸਭ ਸਰਾਓ, ਚਿੱਤਾ ਵਾ ਉਸ ਪਾਰ ਬ੍ਰਹਿਮ। ਜੇ ਉਹ ਗੁਰੂ ਵਾਲਾ ਬਣ ਜਾਵੇ, ਤਾਂ ਲੱਗੇ ਨਾ ਤੱਤੀ, ਵਾਹਿਓ ਦੱਸਿਆ ਗੁਰਮੁਖੋ। ਉਹ ਹੁਣ ਕਰਮਾਂ ਨੂੰ ਯਾਦ ਕਰਕੇ ਰੋਂਦਾ। ਔਰ ਗੋਇੰਦਵਾਲ ਸਾਹਿਬ ਜੋੜ ਮੇਲੇ ਹੁੰਦੇ ਸਨ, ਲੋਹੜੀ, ਨਿਮਾਣੀ, ਇਸ ਤਰ੍ਹਾਂ ਦਾ ਦੀਵਾਲੀ, ਸੰਗਤਾਂ ਇਕੱਠੀਆਂ ਹੋ ਕੇ ਆਉਂਦੀਆਂ ਸਨ, ਉਹ ਖੂਤੇ ਬੈਠਾ ਹੁਣ ਕਰਮਾਂ ਨੂੰ ਰੋਂਦਾ। ਕਦੇ ਮਰਨ ਨੂੰ ਮਾਉਣ ਤੇ ਜਾ ਕੇ ਕਹਿੰਦਾ ਵੀ ਵਿੱਚ ਡਿੱਗ ਕੇ ਖੂਹ ਦੇ ਮਰ ਜਾ। ਸੰਗਤਾਂ ਸ਼ਬਦ ਪੜ੍ਹਦੀਆਂ ਆਉਂਦੀਆਂ ਨੇ ਪਿਛਲੇ ਪਿੰਡੋਂ, ਜਦ ਉਸਦੇ ਨੇੜੇ ਆ ਗਏ ਨਾ, ਦਸਵਾਂ ਸਲੋਕ ਆ ਗਿਆ ਸਾਰੀ ਵਾਰ ਦਾ, ਜਿਹਦੇ ਵਿੱਚ ਸੱਤ ਔਰ ਸੱਤ ਦਾ ਵਿਵੇਚਨ ਹੈ। ਪੜੋ ਬੁਰਿਆਂ ਦੇ ਨਾਲ Thank you.
ਪ੍ਰੇਮਾ ਕੋੜੀ ਮਾਉਣ ਤੇ ਬੈਠਾ ਖੂਹ ਚ ਡਿੱਗਣ ਨੂੰ, ਉਹ ਬਾਣੀ ਦੀ ਆਵਾਜ਼ ਕੰਨ ਤਾਈ ਹੋ ਕੇ ਲਹੂ ਦੇ ਵਿੱਚ ਜਾ ਕੇ ਰਲੀ ਤੇ ਸ਼ਾਂਤੀ। ਇਹ ਜਿਹੜੀ ਬਾਣੀ ਆ ਇਹਦੇ ਜਰਮਜ ਨੇ ਜਿਹੜੇ ਸ਼ਾਂਤੀ ਦੇ ਨੇ। ਉਹ ਸੋਚਣ ਲੱਗ ਗਿਆ ਵੀ ਮੇਰਾ ਤਾਂ ਰੋਗ ਘਟਣ ਲੱਗ ਗਿਆ। ਉਹ ਉਸ ਦੇ ਨਾਲ ਜਦੋਂ ਨੇੜੇ ਆਏ ਤਾਂ ਉਦੋਂ ਵੀ ਜ਼ਿਆਦਾ ਸ਼ਾਂਤੀ ਵੀ ਇਹ ਤਾਂ ਇਸ ਕਲਾਮ ਦੇ ਵਿੱਚ ਕੋਈ ਸ਼ਾਂਤੀ ਹੈ। ਸਾਹਮਣੇ ਜਾ ਕੇ ਰੁੜਦਾ ਰੁੜਦਾ ਬਹਿ ਗਿਆ। ਕਹਿਣ ਲੱਗਾ ਵੀ ਕਿੱਥੇ ਨੂੰ ਜਾਂਦੇ ਹੋ, ਅਸੀਂ ਪੜ੍ਹਦੇ ਕੀ ਹਾਂ? ਕਹਿੰਦੇ ਅਸੀਂ ਤਾਂ ਗੋਬਿੰਦਵਾਲ ਸਾਹਿਬ ਨੂੰ ਜਾਂਦੇ ਹਾਂ, ਤੀਸਰਾ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਉੱਥੇ ਜੋੜ ਮੇਲਾ। ਉਹ ਕਹਿੰਦਾ ਵੀ ਮੈਨੂੰ ਸ਼ਾਂਤੀ ਆ ਗਈ ਇਸ ਚੀਜ਼ ਨਾਲ, ਆ ਬਾਣੀ ਨਾਲ। ਜੇ ਤੁਸੀਂ ਮੈਨੂੰ ਉੱਥੇ ਲੈ ਚੱਲੋ ਖਬਰੇ ਮੈਂ ਰਾਜੀ ਹੋ ਜਾਵਾਂ। ਖੈਰ ਉਹ ਇੱਕ ਨੇ ਜਿਉਂ ਮਾਰੀ ਡੱਗੀ, ਬੜੇ ਬੜੇ ਤਕੜੇ ਲੋਕ ਹੁੰਦੇ ਜੀ, ਡੱਗੀਆਂ 16 ਹੱਥ ਦਾ ਦੋਲਾ ਹੁੰਦਾ ਸੀ। ਅੱਜ ਕੱਲ੍ਹ ਆ ਪੂਜਿਆ ਪੰਨੀਆਂ ਜੀਆਂ ਖਣੀਕਾਰੀਆਂ ਬਣਾ ਲਈਆਂ, ਦੇਖ ਲਓ ਕੀ ਚੱਕੋਗੇ ਤੁਸੀਂ ਹੁਣ। 16 ਹੱਥਾਂ ਦੋਲਾ ਚੱਕਦੇ ਨੀ ਪੰਡ ਬੰਨ ਕੇ, ਸੱਤ ਸੱਤ ਮਾਣੇ ਮਣ ਦਾਣੇ ਚੱਕਦੇ ਨੇ, ਸੱਤ ਸੱਤ ਮਣ। ਆ ਮਾਸਟਰਾਂ ਦੇ ਸੰਤ ਮਹਾਰਾਜ ਦੇ ਜਿਹੜੇ ਸੇਵਕ ਜੀ ਨਾ, 14-14 ਮਣ ਦਾ ਟੋਕਰਾ ਚੱਕਦੇ ਸੀ ਤਲਾਅ ਚੋਂ। ਤੁਸੀਂ ਚੱਕ ਕੇ ਦੇਖ ਲਓ ਥੱਲੇ ਰਿਕ ਨਿਕਲ ਜੂ। ਉਹ ਬੜੀ ਹੁੰਦੇ ਸੀ ਲੋਕ ਉਸ ਟਾਈਮ ਦੇ ਵੀ, ਸ਼ਰਧਾ ਵਾਲੇ ਹੁੰਦੇ ਸੀ। ਕੋਈ ਡੱਗੀ ਬੰਨ੍ਹ ਕੇ ਲਿਆਂਦਾ, ਉੱਥੇ ਹੋਰ ਵੀ ਬਿਮਾਰ ਬੈਠੇ ਹੁੰਦੇ ਸਨ। ਹੁਣ ਉਹਨੇ ਕੀ ਮਰਜ਼ਾਦਾ ਕਰੀ ਉਸ ਟਾਈਮ ਦੇ ਵਿੱਚ? ਇਹ ਮਰਜ਼ਾਦਾ ਸੀ, ਚਰਨਾ ਅੰਮ੍ਰਿਤ ਲੈਂਦੇ ਸੀ ਸਿੱਖ, ਚਰਨਾ ਅੰਮ੍ਰਿਤ ਜਿਹੜਾ ਹੁਣ ਖੰਡੇ ਦੀ ਅੰਮ੍ਰਿਤ ਦੇ ਵਿੱਚ ਤਬਦੀਲ ਕਰਿਆ ਹੋਇਆ। ਚਰਨਾ ਅੰਮ੍ਰਿਤ ਮੰਗਾ ਕੇ ਲੈ ਲਿਆ ਤੇ ਨਾਮ ਦੀ ਦਾਤ ਗੁਰੂ ਸਾਹਿਬ ਤੋਂ ਲੈ ਲਈ ਤੇ ਹੁਣ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਗੁਰੂ ਵਾਲਾ ਬਣ ਗਿਆ। ਉਹ ਜਿਹੜੇ ਨਗੁਰੇ ਰਹਿ ਕੇ ਕਰਮ ਕਰੇ ਹੋਏ ਸੀ ਉਹਨਾਂ ਦਾ ਫਲ ਸਰੀਰ ਦੇ ਉੱਤੇ ਹੀ ਹੈ। ਹੁਣ ਗੁਰੂ ਵਾਲਾ ਬਣ ਕੇ ਤੇ ਆਪਣੇ ਇਹਨਾਂ ਕਰਮਾਂ ਨੂੰ ਧੋਣਾ ਸ਼ੁਰੂ ਕਰਤਾ ਗੁਰੂ। ਕੋਈ ਸਾਲ ਉਹ ਬੰਦਗੀ ਕਰਦਾ ਰਿਹਾ ਤੇ ਕਿਤੇ ਕਿਤੇ ਮਾਸੀ ਦੇ ਵਿੱਚ ਆ ਕੇ ਇਤਨੀ ਸ਼ਰਧਾ ਹੋ ਗਈ ਉਸ ਨੂੰ ਅਮਰਦਾਸ ਮਹਾਰਾਜ ਜੀ ਤੇ ਵੀ ਮੇਰਾ ਇਹ ਸਰੀਰ ਤਿੰਨਾ ਗਿਆ ਗੁਜ਼ਰਿਆ ਕੋੜ ਨਾਲ, ਤੇ ਮੈਨੂੰ ਪੂਰੀ ਸ਼ਰਧਾ ਗੁਰੂ ਜੀ ਬਲ ਕਰ ਦੇਣਗੇ, ਉਹਨਾਂ ਦੇ ਬਚਨਾਂ ਦੇ ਵਿੱਚ ਤਾਕਤ ਵਾ। ਉਹ ਇਸ ਤਰ੍ਹਾਂ ਨਾਲ ਕਿਸੇ ਸਿੱਖ ਨੇ ਦੱਸਿਆ, ਗਿਆ ਕਸੌਟਾ ਲੱਦਾ ਫੇਰ, ਗਿਆ ਕਸੌਟਾ ਲੱਦਾ ਫੇਰ, ਪ੍ਰੇਮ ਦੇ ਵਿੱਚ ਆ ਕੇ। ਬਾਣੀ ਤਾਂ ਹੈ ਨੀ, ਇਹ ਪ੍ਰੇਮ ਚੀਜ਼ ਹੀ ਐਸੀ ਆ ਗੁਰਮੁਖੋ, ਪ੍ਰੇਮ ਨੂੰ ਤਾਂ ਤੇ ਗੁਰੂ ਹੀ ਜਾਣਦਾ, ਦੂਆ ਨੀ ਕੋਈ ਜਾਣ ਸਕਦਾ। ਬਸ ਦੂਆ ਦਾ ਕੋਈ ਕਹਿੰਦੀ ਕਮਰਾ ਹੋ ਗਿਆ, ਕਮਰਾ ਨਹੀਂ। ਔਰ ਇਸ ਤਰ੍ਹਾਂ ਨਾਲ ਕਿਸੇ ਸਿੱਖ ਨੇ ਮਹਾਰਾਜ ਜੀ ਨੂੰ ਦੱਸਿਆ ਵੀ ਇੱਕ ਪ੍ਰੇਮਾ ਕੋੜੀ ਹੈ, ਕਈ ਸਾਲ ਦਾ ਇੱਥੇ ਆਇਆ ਹੋਇਆ ਹੈ, ਖੈਰ ਉਹ ਬੰਦਗੀ ਵੀ ਬਹੁਤ ਕਰਦਾ ਤੇ ਉਹ ਗਿਆ ਸੌਟਾ ਲੱਦਾ ਫੇਰ, ਉਹ ਤਾਂ ਬੇਸ਼ੁੱਧ ਹੋ ਜਾਂਦਾ ਹੈ ਕਰਦਾ ਕਰਦਾ। ਹੁਣ ਗੁਰੂ ਤਾਂ ਤਰਕਾਲੀ ਸੀ ਨਾ, ਗੁਰੂ ਸਾਹਿਬ ਜੀ ਕਹਿੰਦੇ ਅਸੀਂ ਜਾਣਦੇ ਹਾਂ ਵੀ ਉਸਦੇ ਪ੍ਰੇਮ ਨੂੰ, ਕਹਿੰਦੇ ਫਲ ਲੱਗੂਗਾ। ਜਿਹੜਾ ਕੋਈ ਕਰਮ ਕਰਦਾ ਜੇ ਫੜੇ ਨਾ ਮਿਲੇ ਤਾਂ ਫਿਰ ਆਪਾਂ ਕਾਹਨੂੰ ਉੱਥੇ ਰਾਤ ਨੂੰ ਸੱਪਾਂ ਦੇ ਸਿਰਾਂ ਤੇ ਫਿਰੀਏ, ਨਕਲ ਕਿਉਂ ਛੱਡੀ ਜਾਵੇ ਕਣਕ ਤੇ? ਕੋਈ ਆਸਾ ਤਾਂ ਹੀ ਛੱਡਦੇ ਹਾਂ ਨਾ, ਦੇਖ ਲਓ ਲੱਤਾਂ ਨੂੰ ਸੱਪ ਕਿਵੇਂ ਚੜ ਚਿੰਬੜਦੇ ਨੇ। ਫਿਰ ਭੱਜਦੇ ਉੱਥੇ ਲਹਿਰੇ ਨੂੰ, ਉੱਥੇ ਕੋਈ ਦਵਾਈ ਜੀ ਲਾਉਂਦਾ, ਅਸੀਂ ਉੱਥੋਂ ਦੀ ਲੱਗਦੇ ਹੁੰਦੇ ਬੈਠੇ ਹੁੰਦੇ ਨੇ ਉਹ। ਇਸ ਤਰ੍ਹਾਂ ਕਿਉਂ ਵੀ ਉਹ ਬਈ ਦਾਣੇ ਆਉਣਗੇ? ਉਹ ਇਸ ਤਰ੍ਹਾਂ ਦੇ ਨਾਲ ਜਿਹੜਾ ਫਿਰ
ਕਹਿੰਦੇ ਭਾਈ ਇਹਦੇ ਕਰਮਾਂ ਦਾ ਫਲਾ ਮਿਲੇਗਾ, ਆ ਸਾਰੀ ਵਾਰ ਲੱਗੀ ਹੋਈ ਹੈ, ਮਹਾਰਾਜ ਜੀ ਆ ਕੇ ਚੌਂਕੜਾ ਮਾਰ ਕੇ ਸਮਾਦਿਸ਼ਟ ਹੋ ਗਏ, ਆ ਸਾਰੀ ਵਾਰ ਦਾ ਭੋਗ ਪੈ ਗਿਆ, ਮੂੰਹ ਨੂੰ ਮੂੰਹ ਦਿਸਣ ਲੱਗ ਗਿਆ। ਮਹਾਰਾਜ ਕਹਿੰਦੇ ਵੀ ਉਹ ਜਿਹੜਾ ਪ੍ਰੇਮਾ ਕੋੜੀ ਹਨ, ਜਾਓ ਜਿੱਥੇ ਅਸੀਂ ਇਸ਼ਨਾਨ ਕਰਿਆ ਕੁੰਡ ਦੇ ਵਿੱਚ, ਉਹਨੂੰ ਇਸ਼ਨਾਨ ਕਰਕੇ ਮਲ ਕੇ ਸਾਫ ਕਰਕੇ ਦਸਾਲਾ ਦੇ ਕੇ ਲਿਆਓ ਇੱਥੇ ਸਾਡੇ ਸਾਹਮਣੇ ਬਾਲ, ਉਹਨੂੰ ਲਿਆ ਕੇ ਕਰਮਾਂ ਦਾ ਫਲ ਮਿਲੂਗਾ। ਗੁਰੂ ਕੌਣ? ਪਹਿਲਾਂ ਵੀ ਮਿਲਿਆ, ਪਹਿਲਾਂ ਨਗੁਰਾ ਸੀ, ਆਪ ਗੁਰੂ ਵਾਲਾ। ਗੁਰੂ ਦਾ ਫਲ ਹੋਰ ਹੈ, ਨਗੁਰੇ ਦਾ ਫਲ ਹੋਰ ਹੈ। ਮੂਹਰੇ ਬਹਾਤਾ ਲੈ ਦੇ ਜਲੈਨ ਚਾਨਣਾ ਹੋ ਗਿਆ। ਤੀਸਰੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਦੇ ਮੂੰਹ ਤੋਂ ਲੀਲਾ ਲਾਹੋ। ਜਦ ਮੂੰਹ ਦੇ ਉੱਤੋਂ ਲੀਲਾ ਲਾਇਆ, ਕਿਰਪਾ ਕਟਾਖ ਹਵ ਲੋਕ ਨਕੀਨੋ ਦਾਸ ਕਾ ਦੁੱਖ। ਸਾਰੀ ਦੁਨੀਆਂ ਦਾ ਘੋੜ ਚੱਕ ਦੇਗਾ ਨਾਮ ਹੈ ਜਿਹੜਾ ਗੁਰੂ, ਪਰ ਨਾਮ ਜਫਣਾ ਆਉਂਦਾ ਹੋਵੇ ਨਾ। ਜਿਵੇਂ ਰਾਜੇ ਜਨਕ ਨੇ, ਦੇਖ ਲਓ, ਰਾਜੇ ਜਨਕ ਨੇ ਦੋ ਘੜੀ ਹੋਈ ਸਿਮਰਨ ਕਰਿਆ ਸੀ, ਪਰ ਵਿਵੇਕ ਬੁੱਧੀ ਨਾਲ ਕਰਿਆ ਸੀ, ਅਜੀਬ ਨਾਲ ਨਹੀਂ ਸੀ ਕਰਿਆ। ਵਿਵੇਕ ਆ ਆਤਮਾ ਇੰਨੀ ਤਾਂ ਉੱਚੀ ਆਉਣੀ, ਹੁਣ ਵਿਚਾਰ ਨਹੀਂ ਨਾ ਆਪਾਂ ਜਾਣਦੇ ਹੀ ਹਾਂ ਵੀ ਕੀ ਹੁੰਦੀ ਹੈ ਇਹ ਗੱਲ। ਸਾਰੀ ਦੁਨੀਆਂ ਦਾ ਘੋੜ ਚੱਕ ਸਕਦਾ ਬ੍ਰਹਮ ਗਿਆਨੀ ਆ ਜਿਹੜਾ, ਰਾਜਾ ਜਨਕ ਜੀ ਬ੍ਰਹਮ ਗਿਆਨੀ ਸੀ, ਉਹ ਤਾਂ ਗੁਰੂ ਹੈ। ਹੁਣ ਜਿਹਦੇ ਸਾਹਮਣੇ ਕੋੜੀ ਬੈਠਾ ਹੈ ਉਹ ਤਾਂ ਗੁਰੂ ਹੈ। ਹਾਂ, ਇਸ ਤਰ੍ਹਾਂ ਨਾਲ ਨਿਗਾਹ ਹੀ ਕਰੀ ਆ, ਬਸ ਬੋਲੇ ਨਹੀਂ ਚੱਲੇ ਨਹੀਂ। ਨਿਗਾਹ ਦੇ ਵਿੱਚ ਵੀ ਵਚਨ ਆਉਂਦਾ ਹੁੰਦਾ, ਨਿਗਾਹ ਕਰ ਦੇਣੀ ਕਿਸੇ 'ਚ ਅੰਦਰੋਂ ਅੰਦਰੋਂ ਖਿਆਲ, ਫੁਰਨਾ ਜੀ ਨੂੰ ਕਹਿੰਦੇ ਨੇ, ਸੋ ਅਸ਼ੁਭ। ਜੇ ਮਹਾਤਮਾ ਝਾਕੇ ਮਾੜੀ ਜੋ ਬੁਰੀ ਨਿਗਾਹ, ਬਸ ਚੱਕ ਦੇਣਗੇ ਸਭ ਕੁਛ। ਉਹ ਤਾਕਤ ਤਾਂ ਅੰਦਰ ਹੈ ਨਾ ਉਹਨਾਂ ਦੇ, ਇਹ ਇੰਦਰੀਆਂ ਦੁਆਰਾ ਫਿਰ ਬਾਹਰ ਉਹ ਨਿਕਲਦੀ ਹੁੰਦੀ ਹੈ। ਉਹ ਤਾਂ ਕਾਂਚਨ ਵਰਗਾ ਸਰੀਰ ਹੋ ਗਿਆ ਗੁਰਮੁਖ। ਜਿਹੜੇ ਸਿੱਖ ਬੈਠੇ ਜੀ ਨਾ ਕੋ, ਕਹਿੰਦੇ ਮਹਾਰਾਜ ਜੀ ਇਹ ਤਾਂ ਲਾੜੇ ਵਰਗਾ ਬਣ ਗਿਆ ਦੁਨੀਆਂ ਦੇ ਵਿੱਚ। ਉਹ ਲਾੜੇ ਨੂੰ ਇਹ ਸਭ ਤੋਂ ਚੰਗਾ ਮੰਨਿਆ ਜਿਹੜਾ ਜਿਹਨੂੰ ਵਿਆਹੁਣ ਜਾਂਦੇ ਹੁੰਦੇ ਨੇ। ਇਹ ਦੁਨੀਆਂ ਦਾ ਇਹੋ ਜਿਹਾ ਰੱਬ ਸਹੀ ਆ ਬਸ। ਕਹਿੰਦੇ ਜੀ ਇਹ ਤਾਂ ਲਾੜੇ ਵਰਗਾ ਬਣ ਗਿਆ। ਮਹਾਰਾਜ ਕਹਿੰਦੇ ਫਿਰ ਇਉਂ ਕਰੋ ਵੀ ਪ੍ਰੇਮੀਓ ਕੋਈ ਲੜਕੀ ਦਿਓ ਇਹਨੂੰ ਆਪਣੀ ਲੜਕੀ। ਇੱਕ ਪ੍ਰੇਮੀ ਜੀ ਕਹਿੰਦਾ ਮਹਾਰਾਜ ਜੀ ਮੇਰੀ ਲੜਕੀ ਬਰਫਰਾਲ ਦਾ ਕਿਰਪਾ ਕਰੋ, ਇਹਦੇ ਨਾਲ ਸ਼ਾਦੀ ਕਰ ਦਿਓ। ਹਾਂ, ਇਸ ਤਰ੍ਹਾਂ ਉਹ ਲੜਕੀ ਦੀ ਸ਼ਾਦੀ ਕਰ ਦਿੱਤੀ ਤੇ ਫਿਰ ਉਹਨੂੰ ਫਲ ਕੀ ਮਿਲਿਆ? ਗੁਰੂ ਵਾਲਾ ਬਣ ਕੇ ਜਿਹੜੀ ਬੰਦਗੀ ਕਰੀ ਹੈ ਉਹਦਾ ਫਲ ਕੀ ਮਿਲਿਆ? ਜਾਂ ਨਗੁਰਾ ਹੋ ਕੇ ਮਾੜੇ ਕਰਮ ਕਰਦਾ ਤੇ ਉਹਨੂੰ ਫਲ ਕੀ ਮਿਲਿਆ? ਕੋੜ ਹੋਇਆ। ਆਪ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਜਾਣੀ ਮੰਜੀਆਂ, ਬਾਈ ਮੰਜੀਆਂ ਬ੍ਰਹਮ ਗਿਆਨੀ ਸਿੱਖਾਂ ਨੂੰ, ਬ੍ਰਹਮ ਗਿਆਨ ਪ੍ਰਾਪਤ ਹੋਏ ਸਵੇਰ ਇਲਾਕਿਆਂ ਦੇ ਵਿੱਚ ਵੀ ਤੁਸੀਂ ਪਰਮੇਸ਼ਰ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰੋ। ਇਸ ਤਰ੍ਹਾਂ ਦੇ ਨਾਲ ਫਿਰ ਉਹਨਾਂ ਦੇ ਜਿਹੜੇ ਉਹਦੇ ਘਰ ਵਾਲੀ ਸੀ ਉਹ ਦੋਹਾਂ ਨੂੰ ਇਹ ਤਾਰਕ ਬਣਾ ਤਾ। ਦੇਖੋ, ਦੁਨੀਆਂ ਦਾ ਤਾਰਕ ਬਣਾ ਤਾ ਜਦ ਉਹ ਗੁਰੂ ਵਾਲਾ ਬਣਿਆ, ਫਿਰ ਉਹਨਾਂ ਦਾ ਨਾਂ ਉਹ ਰੱਖ ਦਿੱਤਾ ਹੁਣ ਜਾਓ ਤੁਸੀਂ ਦੁਨੀਆਂ ਦਾ ਭਲਾ ਕਰੋ ਜਾ ਕੇ। ਨਾਮ ਮੱਥੋ ਤੇ ਮੁਰਾਰੀ।